ਦ ਗੁਰੂ ਾਰਤਾਪ ਹਰਨ ਕਰੂਨਾ ਮੈਂ ਸਭ ਦੁਖੋ ਜੋਗ ਦਇਆ ਲੈ ਹੈ ਦੀਨਾ ਨਾਥ ਮਾ ਕਰੋ ਸ੍ਰੀਰਿ ਸਵਾਸਥ ਹੀਣ ਆਏ ਸ਼ਿਮਾਨਕ ਰਾਮ ਦਾ ਮੋਦਰ ਮਾਦਵਹਿ ਬੇ ਸੁਮਾਰ ਅਥਾ ਅਗਣਤ ਤੇਉ ਨਾਨਕ ਦਾ ਪਤਦ ਪੰਨ ਭਗਤ ਵਾਛਲ ਕਾਂ ਦਸਾਂ ਪਾਤਸ਼ਾਹਾਂ ਦੀ ਜੋਤ ਚਵਰ ਛਤਰ ਤਖਤ ਗੁਰਤਾ ਗੱਦੀ ਤੇ ਬਿਰਾਜਮਾਨ ਸੁਭਾਏਮਾਨ ਸਾਹਿਬ ਜੀ ਮਹਾਰਾਜ ਸਤ ਪਾਵਨ ਗੁਰੂ ਦੀ ਹਜ਼ੂਰੀ ਅੰਦਰ ਜੁੜ ਬੈਠੀ ਖਾਲਸਾ ਸਾਧ ਸੰਗਤ ਜੀਓ ਰਸਨਾ ਕਰੋ ਪਵਿੱਤਰ ਆਖੋ ਦੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤ ਆਪ ਸਰਬੱਤ ਸੰਗਤ ਬੜੇ ਧੰਨ ਬਾਬਾ ਜਵਾਹਰ ਮਹਾਰਾਜ ਪਾਵਨ ਪਵਿੱਤਰ ਸਥਾਨਾਂ ਉੱਪਰ ਹਰ ਸ਼ਨੀਵਾਰ ਸ੍ਰੀ ਜਗਾ ਬੜੇ ਪ੍ਰੇਮ ਦੇ ਨਾਲ ਆ ਰਹੇ ਹੋ ਸਤਿਗੁਰੂ ਤਨ ਸਿੰਘ ਮਹਾਰਾਜ ਜੇਸ਼ਰ ਜੀ ਦੀ ਉਸਤਤ ਕਰਦੇ ਪਏ ਨੇ ਅਤੇ ਉਸਤਤ ਕਰਦੇ ਹੋਏ ਬਿਆਨਤ ਨਾਮ ਉਚਾਰਨ ਕਰਦੇ ਨੇ ਤੁਹ ਕੀ ਕਿਰਪਾ ਕਰੇ ਹੋਏ ਕੀ ਫਰਮਾਉਂਦੇ ਨੇ ਤਾਂ ਸਤਿਗੁਰੂ ਕਹਿੰਦੇ ਹਨ ਅਜਾਮ ਹੈ ਆਗਮ ਗਮ ਕਹਿੰਦੇ ਨੇ ਗਮਤਾ ਨੂੰ ਪਹੁੰਚ ਨੂੰ ਗਮਤਾ ਦਾ ਅਰਥ ਦਾ ਪਹੁੰਚ ਦਾ ਦੀ ਕੰਨਾਂ ਦੀ ਸੀ ਦੀ ਪਹੁੰਚ ਹੈ ਹੱਥਾਂ ਦੀ ਪਕੜ ਸ਼ਕਤੀ ਇਸੇ ਤਰ੍ਹਾਂ ਸਾਡੀਆਂ ਇੰਦਰੀਆਂ ਨੇ ਕੀ ਇਹਨਾਂ ਦੀ ਪਹੁੰਚ ਵਾਹਿਗੁਰੂ ਤੱਕ ਹੈ ਸ਼ਬਦ ਲਾਉਂਦੇ ਨੇ ਅਗੰਮ ਭਾਈ ਮਨ ਬਾਣੀ ਇੰਦਰੀਆਂ ਦੀ ਗੰਵਾਹ ਗੁਰੂ ਪਰਮੇਸ਼ਰ ਤੱਕ ਦੀ ਪਕੜ ਇਹ ਬਣਦੀ ਹੈ ਇਨਾਂ ਅੱਖਾਂ ਨਾਲ ਉਹ ਦਿਖਣ ਚ ਨਹੀਂ ਆਉਂਦਾ ਇਨਾਂ ਇੰਦਰੀਆਂ ਦੀ ਪਕੜ ਚ ਨਹੀਂ ਆਉਂਦਾ ਮਨ ਉਹ ਨਹੀਂ ਪਕੜਿਆ ਜਾਂਦਾ ਹੈ ਅਭਿਸ਼ੇ ਇਹਨਾਂ ਦਾ ਨਹੀਂ ਮੰਨਣਾ ਚਾਹੀਦਾ ਹੈ ਤੇ ਨਾ ਹੀ ਕਿਛ ਚ ਆਇਆ ਹੈ ਜੇ ਤੱਕ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਸਾਬ ਦੇ ਵਿੱਚ ਪ੍ਰੇਮ ਦੇ ਨਾਲ ਫਰਮਾਉਂਦੇ ਨੇ ਕਾਹੂ ਬਹੁਤ ਜਤ ਪੁਰਾਨੀ ਆਗਮ ਪ੍ਰਭ ਨਿਰਵਾਣੀ ਕਿ ਹੇ ਅਖ ਜੀ ਮਨ ਬਾਣੀ ਦੀ ਗਮ ਪਹੁੰਚ ਤੋ ਆ ਪਰੇ ਹੋ ਕਾਮ ਦਾ ਅਰਥ ਹੁੰਦਾ ਗਮਨ ਆਉਣਾ ਜਾਣਾ ਜਾਣਾ ਨਾਲ ਕੀ ਜਾਣਾ ਵਾਹਿਗੁਰੂ ਸਾਡੇ ਵਾਂਗ ਆਉਣਾ ਜਾਣਾ ਜੰਮਣਾ ਮਰਨਾ ਨਹੀਂ ਸਰੀਰ ਦੇ ਧਰਮ ਨਹੀਂ ਹਨ ਸਤਿਗੁਰੂ ਜੀ ਬਾਣੀ ਦੇ ਵਿੱਚ ਪਰਮੇਸ਼ਰ ਦੇ ਮਰੇ ਨਾ ਬਿੰਸੈ ਆਵੇ ਨਾ ਜਾਏ ਸਦ ਹੀ ਰਹਾ ਸਮਾਏ ਮੇਂਸ਼ਰ ਦਾ ਮਰਨ ਵਾਲਾ ਹੈ ਸਤਿਗੁਰੂ ਵਾਰ-ਵਾਰ ਗਲ ਰੋੜ ਦਿੰਦੇ ਹਨ ਕਿ ਹੇ ਅਕ ਜੀ ਆਪ ਆਗਮ ਹੋ ਮੈਂ ਤਰਨਾਮ ਉਚਾਰਨ ਕਰਦੇ ਨੇ ਜਮ ਹੈ ਜਮ ਦਾ ਜਨ ਹੁੰਦਾ ਜਮ ਦਾ ਜਮਦਾ ਜਮ ਰਾਜ ਮਾਜ ਮੌਤ ਹੋਰ ਵੀ ਬਿਆਰਤ ਮਹਾਪੁਰਸ਼ਾ ਨੇ ਹੀਤੇ ਹਨ ਵਾਹਿਗੁਰੂ ਦੇ ਵਿੱਚ ਜਨਮ ਮਰ ਜਨਮ ਮਰ ਨਹੀਂ ਜਮ ਜਨ ਤੋਂ ਜਾ ਰਹਿਤ ਹੈ ਸਤਿਗੁਰੂ ਬਾਣੀ ਵਿੱਚ ਬਾਣੀ ਨੇ ਹਰ ਜਨਮ ਮਰਨ ਮਰਨ ਨਹੀਂ ਬੀਨ ਦਾਸ ਚਾਰ 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 ਬੀਨ ਪਰਬੀਨ ਕਿ ਵਾਹਿਗੁਰੂ ਕੇ ਵਾਹਿ ਜਨਮ ਮਰਨ ਦੇ ਵਿੱਚ ਨਹੀਂ ਆਉਂਦੇ ਜਾਂ ਜਮਦਾਰਥ ਜੇ ਮੌਤ ਕਰੀਏ ਜਮਰਾਜ ਕਰੀਏ ਮੌਤ ਦਾ ਦੇਵਤਾ ਕਰੀਏ ਮੌਤ ਦਾ ਅਸਰ ਹਰ ਵਸਤੂ ਉੱਤੇ ਐ ਹਰ ਸ਼ੈ ਉੱਤੇ ਐ ਪਰ ਪ੍ਰਮਾਤਮਾ ਦੇ ਉੱਤੇ ਮੌਤ ਦਾ ਅਸਰ ਨਹੀਂ ਮੌਤ ਦਾ ਅਸਰ ਵਾਹਿਗੁਰੂ ਉੱਤੇ ਨਹੀਂ ਪੈਂਦਾ ਹੈ ਵਾਹਿਗੁਰੂ ਪਰਮੇਸ਼ਰ ਜੀ ਮੌਤ ਦੇ ਡਰ ਤੋਂ ਮੌਤ ਦੇ ਅਸਰ ਤੋਂ ਮੌਤ ਦੇ ਭੈ ਤੋਂ ਰਹਿਤ ਹਨ ਅਜਮ ਹਨ ਮੌਤ ਦਾ ਉਹਨਾਂ ਉੱਤੇ ਕੋਈ ਵਾਸ ਨਹੀਂ ਚੱਲਦਾ ਹੈ ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਛਲ ਬੱਪਰੀ ਇਹ ਕੌਲਾ ਡਰਪੈ ਆਤ ਡਰਪੈ ਧਰਮ ਰਾਯਾ ਧਰਮ ਰਾਜਾ ਵੀ ਵਾਹਿਗੁਰੂ ਪਰਮੇਸ਼ਰ ਜੀ ਤੋਂ ਡਰਦਾ ਹੋਇਆ ਆਪਣੇ ਦੂਤਾਂ ਨੂੰ ਸੇਵਾਦਾਰਾਂ ਨੂੰ ਕਹਿੰਦਾ ਹੈ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨਹਿ ਛਟੈ ਨਿਕਟ ਨਾ ਜਾਈ ਉਹ ਦੂਤ ਤਾਂ ਜਿੱਥੇ ਵਾਹਿਗੁਰੂ ਜੀ ਮੌਤ ਦੇ ਭੈ ਤੋਂ ਮੌਤ ਦੇ ਅਸਰ ਤੋਂ ਮੌਤ ਤੋਂ ਨਾਸ਼ ਤੋਂ ਰਹਿਤ ਹਨ ਉਥੇ ਵਾਹਿਗੁਰੂ ਦਾ ਜਿਹੜੇ ਸਿਮਰਨ ਕਰਨ ਵਾਲੇ ਭਜਨ ਕਰਨ ਵਾਲੇ ਬੰਦਗੀ ਕਰਨ ਵਾਲੇ ਹਨ ਗੁਰੂ ਕੇ ਪਿਆਰੇ ਇਹਨਾਂ ਉੱਤੇ ਵੀ ਮੌਤ ਦਾ ਸਮੇਂ ਦਾ ਅਸਰ ਨਹੀਂ ਪੈਂਦਾ ਹੈ ਮੌਤ ਦੇ ਭੈ ਤੋਂ ਮੁਕਤ ਹੋ ਜਾਂਦੇ ਨੇ ਕਬੀਰ ਸਾਹਿਬ ਨੇ ਇੱਕ ਬੜੀ ਵੱਡੀ ਗੱਲ ਦਾ ਦਾਵਾ ਗੁਰਬਾਣੀ ਦੇ ਵਿੱਚ ਉਹਨਾਂ ਦੇ ਬਚਨਾਂ ਵਿੱਚ ਕੀਤਾ ਹੈ ਕਿ ਸਾਰਾ ਸੰਸਾਰ ਮੌਤ ਤੋਂ ਡਰਦਾ ਹੈ ਪਰ ਕਬੀਰ ਸਾਹਿਬ ਕਹਿੰਦੇ ਨੇ ਕਿ ਦਾਸ ਵਾਹਿਗੁਰੂ ਦੇ ਭਰੋਸੇ ਪਰਮੇਸ਼ਰ ਦੇ ਭਰੋਸੇ ਇਸ ਮੌਤ ਨੂੰ ਆਨੰਦ ਦਾ ਰੂਪ ਸਮਝਦੇ ਹੋਏ ਪਸੰਦ ਕਰਦਾ ਹੈ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਹੁਣ ਇੱਕ ਬੰਨੇ ਜੇ ਅੱਜ ਦੁਨੀਆ ਦੀ ਗਿਣਤੀ ਅਰਬਾਂ ਦੇ ਵਿੱਚ ਚਲੇ ਗਈ ਹੈ ਤਾਂ ਅਰਬਾਂ ਦੇ ਵਿੱਚੋਂ ਇੱਕ ਕਬੀਰ ਸਾਹਿਬ ਵੀ ਇਸ ਤਰ੍ਹਾਂ ਦੇ ਮਹਾਤਮਾ ਹੋਣਗੇ ਮਹਾਪੁਰਸ਼ ਹੋਣਗੇ ਜਿਹੜੇ ਇਸ ਮੌਤ ਤੋਂ ਨਹੀਂ ਡਰਦੇ ਸ੍ਰੀ ਗੁਰੂ ਰਾਮਦਾਸ ਸਹਿ ਮਹਾਰਾਜ ਵੀ ਇਸ ਗੱਲ ਉੱਤੇ ਮੋਹਰ ਲਾਉਂਦੇ ਨੇ ਜਗ ਮਰਣ ਨ ਭਾਇਆ ਨਿਤ ਆਪ ਲੁਕਾਇਆ ਮਤ ਜੰਮ ਪਕਰੇ ਲੈ ਜਾਏ ਜੀਓ ਕਿ ਮੌਤ ਤੋਂ ਹਰੇਕ ਹੀ ਡਰਦਾ ਹੈ ਪਰ ਕਿੱਡੀ ਵੱਡੀ ਗੁਰਬਾਣੀ ਦੇ ਵਿੱਚ ਤਾਕਤ ਹੋਵੇਗੀ ਕਿ ਗੁਰਬਾਣੀ ਦੇ ਸਿਰਫ ਐਸੇ ਸ਼ਬਦ ਸਿਰਫ ਗੁਰਬਾਣੀ ਰੂਪ ਧਾਰਮਿਕ ਗ੍ਰੰਥ ਦੇ ਵਿੱਚ ਮਿਲਣਗੇ ਜਿੱਥੇ ਆ ਲਿਖਿਆ ਹੋਵੇਗਾ ਕਿ ਜਦ ਆਪ ਕੀ ਔਦ ਨਿਧਾਨ ਬਣੈ ਅਤ ਹੀ ਰਨ ਮੈਂ ਤਬ ਜੂਝ ਮਰੂ ਜਾਂ ਧਨ ਜਿਓ ਤਿਹ ਕੋ ਜਗ ਮੈਂ ਮੁਖ ਤੇ ਹਾਰ ਚਿਤ ਮੈਂ ਜੁੱਧ ਵਿਚਾਰੈ ਨਹੀਂ ਤੇ ਮੌਤ ਬਾਰੇ ਤਾਂ ਸੱਚੇ ਪਾਤਸ਼ਾਹ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਹੈ ਕਿ ਸੇਖ ਮਸਾਇਕ ਪੀਰ ਫਕੀਰ ਔਲੀਏ ਤਾਪ ਕਰਨ ਵਾਲੇ ਤਪਸਵੀ ਵੀ ਇਸ ਮੌਤ ਤੋਂ ਡਰਦੇ ਨੇ ਪਰ ਸਿੱਖਾਂ ਉੱਤੇ ਖਾਲਸੇ ਉੱਤੇ ਗੁਰੂ ਸਾਹਿਬ ਨੇ ਕਿੰਡੀ ਕਿਰਪਾ ਕੀਤੀ ਹੋਵੇ ਕਿ ਜਿਹੜੇ ਮੌਤ ਨੂੰ ਵੰਗਾਰਦੇ ਨੇ ਮੌਤ ਨੂੰ ਮੁਖੌਲ ਕਰਦੇ ਹਨ ਮੌਤ ਨੂੰ ਲਾੜੀ ਸਮਝਦੇ ਹਨ ਯਮਾਂ ਮਰ ਸ਼ਹੀਦ ਸ੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਪੁਰਸ਼ ਜਦੋਂ ਗ੍ਰਿਫਤਾਰੀ ਹੋਈ ਤਾਂ ਪੀਲੀ ਦਸਤਾਰ ਬੰਨੀ ਕਿਉਂ ਲਾੜਾ ਬੰਦਾ ਹੈ ਮੌਤ ਨੂੰ ਵਿਆਹਣ ਵਾਲਾ ਇੱਧਰ ਪੰਜਾਬ ਦਾ ਕਲਚਰ ਹੈ ਪੰਜਾਬ ਦਾ ਰਿਵਾਜ ਕਹਿ ਲਓ ਕਿ ਜਦੋਂ ਵਿਆਹ ਹੁੰਦਾ ਹੈ ਜਦੋਂ ਲਾੜਾ ਜੰਜ ਚੜਦਾ ਹੈ ਤੇ ਫਿਰ ਉਹ ਪੀਲੀ ਦਸਤਾਰ ਸ਼ਗਨ ਦੀ ਜਾਣ ਕੇ ਸਜਾਉਂਦਾ ਹੈ ਜਾਏ ਸੇਟਕਸਾਲ ਦੇ ਦੂਸਰੇ ਮੁਖੀ ਅੰਮ੍ਰਿਸ਼ੀ ਧੰਨ ਬਾਬਾ ਗੁਰਬਖਸ਼ ਸਿੰਘ ਜੀ ਜਦੋਂ ਫੌਜ ਦਾ ਮੁਕਾਬਲਾ ਕਰਨ ਵਾਸਤੇ ਆਪਣੇ ਸਿੰਘਾਂ ਸਮੇਤ ਹਰਮੰਦਰ ਸਾਹਿਬ ਦੀ ਪਵਿੱਤਰਤਾ ਗੁਰਦામ ਦੀ ਪਵਿੱਤਰਤਾ ਰੱਖਣ ਵਾਸਤੇ ਅਰਦਾਸ ਕੀਤੀ ਬੇਨਤੀ ਕੀਤੀ ਤਾਂ ਸੇਹਰੇ ਸਜਾਏ ਕਿਉਂ ਲਾੜੇ ਦੇ ਸੇਹਰਾ ਲੱਗਦਾ ਹੈ ਇਹ ਪੰਜਾਬ ਦਾ ਕਲਚਰ ਕਹ ਲੋ ਤਾਂ ਸਿਰੇ ਲਾਏ ਗਏ ਗਲਾਂ ਚ ਹਾਰ ਪਾਏ ਗਏ ਫਿਰ ਦੇਖ ਕਰਾਈ ਹਰਮੰਦਰ ਸਾਹਿਬ ਸੱਚੇ ਪਾਤਸ਼ਾਹ ਸੀ ਮੌਤ ਵਿਆਉਣ ਲੱਗੇ ਕਿਰਪਾ ਕਰ ਤਾਂ ਸਤਿਗੁਰੂ ਮਹਾਰਾਜ ਦੀ ਕਿੱਡੀ ਵੱਡੀ ਖਾਲਸੇ ਉੱਤੇ ਕਿਰਪਾ ਹੈ ਕਿ ਜਿੱਥੇ ਵਾਹਿਗੁਰੂ ਪਰਮੇਸ਼ਰ ਆਪ ਜਮਾਂ ਦੇ ਅਸਰ ਤੋਂ ਰਹਿਤ ਹੈ ਮੌਤ ਦੇ ਡਰ ਤੋਂ ਰਹਿਤ ਹੈ ਉਥੇ ਉਹਨੂੰ ਮੰਨਣ ਵਾਲੇ ਉਹਦੇ ਭਗਤ ਉਹਦੇ ਸੰਤ ਉਹਦੇ ਸਿੱਖ ਧਰਮੀ ਪੁਰਸ਼ ਵੀ ਮੌਤ ਦੇ ਡਰ ਤੋਂ ਰਹਿਤ ਹੋ ਜਾਂਦੇ ਹਨ ਅਜੰਮ ਹੋ ਜਾਂਦੇ ਤਾਂ ਸਤਿਗੁਰੂ ਕਹਿੰਦੇ ਛਲ ਬਪਰੀ ਇਹ ਕੌਣਾ ਡਰਪੈ ਅਤ ਡਰਪੈ ਧਰਮਰਾਇਆ ਪਰਮੇਸ਼ਰ ਤੋਂ ਮੌਤ ਵੀ ਡਰਦੀ ਹੈ ਤੇ ਕੀ ਕਹਿੰਦੀ ਹੈ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਇਹ ਛੁਟੈ ਨੇ ਨਾ ਜਾਇਓ ਹਦੂਦ ਅਭੂਤ ਹੈ ਅਸ਼ੂਤ ਹੈ ਤਾਂ ਅੱਗੇ ਸਤਿਗੁਰੂ ਜੀ ਮਹਾਰਾਜ ਦੇ ਨਾਵਾਂ ਦੀ ਉਸਤਤ ਕਰਦੇ ਹਨ ਤਾਂ ਸਤਿਗੁਰੂ ਕੀ ਫਰਮਾਉਂਦੇ ਭੂਤ ਭੂਤ ਦਾ ਭਾਵ ਕੀ ਹੈ ਤਤਾਂ ਤੋਂ ਪੈਦਾ ਹੋਣ ਵਾਲਾ ਜੈ ਜੀਵ ਭੂਤ ਦਾ ਅਰਥ ਕੀ ਹੋਇਆ ਜੀਵ ਜੀਵ ਦਾ ਅਰਥ ਕੀ ਜੀਵ ਭਾਵ ਜਿਵੇਂ ਇੱਕ ਜੀਵ ਹੈ ਉਹ ਜੰਮਦਾ ਹੈ ਮਰਦਾ ਹੈ ਦੁਖੀ ਹੈ ਸੁਖੀ ਹੈ ਆਉਣ ਜਾਣ ਹੈ ਉਹਦੇ ਵਿੱਚ ਹਰ ਕਸੂਕ ਹੈ ਉਹਦੇ ਵਿੱਚ ਭੁੱਖ ਪਿਆਸ ਹੈ ਉਹਦੇ ਵਿੱਚ ਤੇ ਫਿਰ ਪਰਸ਼ੰਨ ਹੈ ਤੁਸ਼ ਹੈ ਬਹੁਤਾ ਬਲ ਨਹੀਂ ਬਹੁਤੀ ਤਾਕਤ ਨਹੀਂ ਇਹ ਜਿਹੜੇ ਜੀਵ ਪੁਣੇ ਦੇ ਧਰਮ ਨੇ ਭੂਤ ਹੋ ਗਿਆ ਜੀਵ ਜੀਵ ਪੁਣਾ ਦੇ ਧਰਮ ਜਿੰਨੇ ਮੰਨੇ ਗਏ ਨੇ ਧਾਰਮਿਕ ਗ੍ਰੰਥਾਂ ਇਨਾਂ ਜੀਵ ਉਹਨਾਂ ਦੇ ਧਰਮਾਂ ਤੋਂ ਵਾਹਿਗੁਰੂ ਪਰਮੇਸ਼ਰ ਆ ਰਹਤ ਹੈ ਆਪੂਤ ਹੈ ਕਿਉਂ ਵਾਹਿਗੁਰੂ ਤੇ ਸਮਰੱਥ ਹੈ ਜੀਵ ਜਿਹੜਾ ਉਹ ਅਲਪਗ ਹੈ ਜੀਵ ਪਰਛਿਨਾ ਹੈ ਵਾਹਿਗੁਰੂ ਵਿਆਪਕ ਹੈ ਉਹ ਤੇ ਹਰ ਥਾਂ ਤੇ ਬੈਠਾ ਹੈ ਬੰਦਾ ਤੇ ਇੱਕ ਥਾਂ ਤੇ ਬੈਠਾ ਹੈ ਜਿੰਨੇ ਕੋ ਦੀ ਸੋਚ ਹੈ ਬੁੱਧੀ ਹੈ ਉਨਹੀਂ ਕੋ ਨੂੰ ਸਮਝ ਹੈ ਪਰ ਪਰਮੇਸ਼ਰ ਵਾਹਿਗੁਰੂ ਤੇ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਕਟ-ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਤਾਂ ਐਸਾ ਵਾਹਿਗੁਰੂ ਜਿਹੜਾ ਸਮਰਥ ਹੈ ਖਿੰਮੈ ਥਾਪ ਉਥਾ ਆਪ ਦਾ ਇਸ ਬਿਨ ਨਹੀਂ ਕੋਈ ਉਹਦੇ ਵਿੱਚ ਜੀਵ ਪੁਣੇ ਦੇ ਧਰਮ ਨਹੀਂ ਆਉਂਦੇ ਉਹ ਆਮ ਬੰਦਿਆਂ ਵਾਂਗ ਆਮ ਦੁਨਿਆਵੀ ਲੋਕਾਂ ਵਾਂਗ ਜੰਮਣ ਮਰਨ ਖੁਸ਼ੀ ਗਮੀ ਆਉਣਾ ਜਾਣਾ ਅਲਪਕਤਾ ਪ੍ਰਸ਼ੰਤਾ ਹਰ ਕਸ਼ੋਗ ਭੁੱਖ ਪਿਆਸ ਕਿ ਜਿੰਨੇ ਜੀਵਾਂ ਦੇ ਧਰਮ ਨੇ ਇਹਨਾਂ ਤੋਂ ਆ ਰਹਿਤ ਹੈ ਤਾਂ ਉਹ ਕੀ ਹੈ ਵਾਹਿਗੁਰੂ ਪਰਮੇਸ਼ਰ ਅਭੂਤ ਹੈ ਅਸ਼ੂਤ ਹੈ ਸ਼ੂਤ ਦਾ ਅਰਥ ਹੁੰਦਾ ਛੋਣਾ ਸਪਰਸ਼ ਕਰਨਾ ਜਿਵੇਂ ਸਾਡੀ ਜਿਹੜੀ ਚਮੜੀ ਹੈ ਇਹ ਚਮੜੀ ਦਾ ਸਾਡੀ ਦਾ ਧਰਮ ਹੈ ਕਿ ਇਹਨੂੰ ਸਰਦੀ ਗਰਮੀ ਮਹਿਸੂਸ ਹੁੰਦੀ ਹੈ ਇਹ ਚਮੜੀ ਦਾ ਧਰਮ ਹੈ ਜਿਹੜੀ ਚੀਜ਼ ਤੁਹਾਨੂੰ ਦੱਸਦੀ ਪਈ ਹੈ ਨਾ ਵੀ ਹੁਣ ਸਰਦੀ ਹੈ ਆ ਵਸ ਜਾਂ ਗਰਮੀ ਹੈ ਜਾਂ ਆ ਵਸਤੂ ਠੰਡੀ ਹੈ ਆ ਤੱਤੀ ਹੈ ਕਠੋਰ ਹੈ ਨਰਮ ਹੈ ਇਹ ਚਮੜੀ ਦੇ ਧਰਮ ਮੰਨੇ ਨੇ ਜਿਵੇਂ ਕਿਸੇ ਚੀਜ਼ ਨੂੰ ਹੱਥ ਲਾ ਕੇ ਜਾਂ ਸਪਰਸ਼ ਕਰਕੇ ਦੇਖ ਲਈਦਾ ਹੈ ਵੀ ਕਠੋਰ ਹੈ ਕਿ ਨਰਮ ਇਦਾਂ ਵਾਹਿਗੁਰੂ ਪਰਮੇਸ਼ਰ ਕੋਈ ਇਦਾਂ ਦਾ ਪਦਾਰਥ ਨਹੀਂ ਵੀ ਜਿੰਨੂੰ ਤੁਸੀਂ ਹੱਥ ਲਾ ਕੇ ਵੇਖ ਲਓ ਛੋਣ ਤੋਂ ਆ ਰਹਿਤ ਹੈ ਸਪਰਸ਼ ਤੋਂ ਉਹ ਵਾਹਿਗੁਰੂ ਪਰਮੇਸ਼ਰ ਰਹਿਤ ਹੈ ਸਤਿਗੁਰੂ ਜੀ ਬਾਣੀ ਦੇ ਵਿੱਚ ਫਰਮਾਉਂਦੇ ਅੱਖੀ ਬਾਝੋਂ ਦੇਖਣਾ ਵੇਣ ਕੰਨਾਂ ਸੁਣਨਾ ਜੀਬੇ ਬਾਝੋਂ ਬੋਲਣਾ ਵੇਣ ਹੱਥਾਂ ਕਰਣਾ ਜਾਂ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨਹਿ ਤੇਰਾ ਆਪਣਾ ਆਪ ਤੂੰ ਜਾਣ ਹੈ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੋ ਮੁਕਤਾ ਹੋਏ ਉਹ ਵਾਹਿਗੁਰੂ ਛੋਣ ਦੇ ਧਰਮ ਤੋਂ ਵੇਖਣ ਦੇ ਧਰਮ ਤੋਂ ਸਪਰਸ਼ ਦੇ ਧਰਮ ਤੋਂ ਆ ਰਹਿਤ ਹੈ ਅਸ਼ੂਤ ਹੈ ਤੇ ਦੂਸਰਾ ਸ਼ੂਤ ਦਾ ਅਰਥ ਜਿਹੜਾ ਆਮ ਬੜਾ ਚੱਲਦਾ ਏ ਇਸ ਦੇਸ਼ ਦੇ ਵਿੱਚ ਉਹ ਕੀ ਆ ਸ਼ੂਤ ਸ਼ਾਤ ਤੇ ਸ਼ੂਤ ਕੀ ਮੰਨੀ ਜਾਂਦੀ ਅਪਵਿੱਤਰਤਾ ਵੀ ਕਿਸੇ ਚੀਜ਼ ਦੀ ਪੇਟ ਲੱਗ ਜਾਣੀ ਕਿਸੇ ਨੇ ਹੱਥ ਲਾਤਾ ਤੇ ਉਹ ਪਿੱਟੀ ਜਾਣੀ ਉਹਨੂੰ ਸ਼ੂਤ ਕਹਿ ਦਿੰਦੇ ਤਾਂ ਏ ਅਕਾਲ ਪੁਰਖ ਜੀ ਤੁਸੀਂ ਸ਼ੂਤ ਅਪਵਿੱਤਰਤਾ ਤੋਂ ਆ ਰਹਿਤ ਹੋ ਉਹ ਠੀਕ ਹੈ ਵੀ ਬੰਦੇ ਨੇ ਇਸ਼ਨਾਨ ਨਹੀਂ ਕੀਤਾ। ਮਨੁੱਖ ਨੇ ਕੱਪੜੇ ਸਾਫ਼ ਨਹੀਂ ਪਾਏ ਮੂਤ ਪਲੀਤੀ ਕੱਪੜ ਹੋਏ। ਕੱਪੜੇ ਮੈਲੇ ਹੋ ਸਕਦੇ ਨੇ। ਸਰੀਰ ਮੈਲਾ ਹੋ ਸਕਦਾ ਹੈ, ਮਨ ਮੈਲਾ ਹੋ ਸਕਦਾ ਹੈ ਪਰ ਵਾਹਿਗੁਰੂ ਦਾ ਨਾਮ ਥੋੜੀ ਮੈਲਾ ਹੋ ਸਕਦਾ। ਉਹ ਤਾਂ ਸਤਿਗੁਰੂ ਜੀ ਨੇ ਮਰਯਾਦਾ ਬਣੀਆਂ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਕਿਉਂ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਜ ਇਹ ਸਰੀਰ ਸਾਫ ਹੋਵੇ ਬੁੱਧੀ ਫਰੈਸ਼ ਹੋਵੇ ਦਿਮਾਗ ਫਰੈਸ਼ ਹੋਵੇ ਆਰਾਮ ਕੀਤਾ ਹੋਵੇ ਅੰਮ੍ਰਿਤ ਵੇਲੇ ਉੱਠ ਕੇ ਜਾਪ ਕਰੇ ਆਲਸ ਨਾ ਪਵੇ ਇਸ਼ਨਾਨ ਕਰਕੇ ਜਾਪ ਕਰੇ ਪਰ ਕੋਈ ਇਹ ਤ ਨਹੀਂ ਨਾ ਕਹਿ ਸਕਦਾ ਵੀ ਕੱਪੜੇ ਝੂਠੇ ਹੋ ਗਏ ਜਾਂ ਗੰਦੇ ਹੋ ਗਏ ਜਾ ਹੱਥ ਝੂਠੇ ਹੋ ਗਏ ਸਾਫ਼ ਨਹੀਂ ਰਹੇ ਗੰਦੇ ਹੋ ਗਏ ਜ਼ੁਬਾਨ ਝੂਠੀ ਹੋ ਸਕਦੀ ਹੈ ਗੰਦੀ ਹੋ ਸਕਦੀ ਹੈ ਪਰ ਰੱਬ ਦਾ ਨਾਮ ਤਨੀ ਨਾ ਝੂਠਾ ਹੋ ਸਕਦਾ ਰੱਬ ਉਹ ਤਨੀ ਅਪਵਿੱਤਰ ਹੋ ਸਕਦਾ ਕਿਉਂ ਜੇ ਵਾਹਿਗੁਰੂ ਹੀ ਅਪਵਿੱਤਰ ਹੋ ਗਿਆ ਤੇ ਤੈਨੂੰ ਕਿੰਨੇ ਪਵਿੱਤਰ ਕਰਨਾ ਹੈ ਤਾਂ ਇਸ ਕਰਕੇ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਸ਼ੂਤ ਅਪਵਿੱਤਰਤਾ ਨਹੀਂ ਹੈ ਦਸਵੇਂ ਪਾਤਸ਼ਾਹ ਤੇ ਆਪਣੀ ਬਾਣੀ ਦੇ ਵਿੱਚ ਕਹਿੰਦੇ ਨੇ ਮਹਾ ਜੋਗ ਜੋਗੰਸੋ ਪਰਮੰਗ ਪਵਿੱਤਰ ਉਹ ਜਿਹੜਾ ਜੋਗੀਆਂ ਦਾ ਜੋਗੀ ਹੈ ਸੂਰਮਿਆਂ ਦਾ ਸੂਰਮਾ ਹੈ ਉਹ ਪਵਿੱਤਰਾਂ ਦੇ ਵਿੱਚੋਂ ਵੀ ਪਵਿੱਤਰ ਹੈ ਜਿਵੇਂ ਸਮਾਰਗ ਕਹਿੰਦੇ ਨਾ ਪਵਿੱਤਰ 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 ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਹੁਣ ਇਸੇ ਪੰਕਤੀ ਨੂੰ ਜੇ ਤੁਸੀਂ ਦਸਵੇਂ ਪਾਤਸ਼ਾਹ ਦੀ ਬਾਣੀ 'ਚ ਲੱਭਣਾ ਹੋਵੇ ਤਾਂ ਮਹਾ ਜੋਗ ਜੋਗੰਸੋ ਪਰਮੰਗ ਪਵਿੱਤਰ ਉਹ ਪਵਿੱਤਰਾਂ ਦਾ ਵੀ ਪਵਿੱਤਰ ਹੈ ਵਾਹਿਗੁਰੂ ਪਰਮੇਸ਼ਰ ਜੀ ਤਾਂ ਸੱਚੇ ਪਾਤਸ਼ਾਹ ਕਹਿੰਦੇ ਉਹਦਾ ਇੱਕ ਨਾਮ ਇਹ ਵੀ ਹੈ ਕਿ ਅਸ਼ੂਤ ਹੈ ਅਪਵਿੱਤਰਤਾ ਤੋਂ ਰਹਿਤ ਹੈ ਉਹ ਪਰਮੇਸ਼ਰ ਆਲੋਕ ਹੈ ਅਸ਼ੋਕ ਹੈ ਆਲੋਕ ਮੈਨੇ ਅਲੌਕਿਕ ਅश्चਰਜ ਚੀਜ਼ ਵਿਸਮਾਦ ਦੇ ਵਿੱਚ ਲਜਾਣ ਵਾਲੀ ਜਿਹਨੂੰ ਦੇਖ ਕੇ ਜਿਵੇਂ ਸ੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਦਰਸਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ ਬੁੱਧ ਕੀ ਨਾ ਬੁੱਧ ਰਹੀ ਅਲੌਕ ਅਸਚਰਜ ਚੀਜ਼ ਜਿਹੜੀ ਵਿਸਮਾਤ ਦੇ ਵਿੱਚ ਲੈ ਜਾਏ ਉਹ ਵਾਹਿਗੁਰੂ ਪਰਮੇਸ਼ਰ ਜੀ ਕਿੱਦਾਂ ਦੇ ਹਨ ਏ ਅਕਾਲ ਪੁਰਖ ਆਪ ਜੀ ਵਾਹਿਗੁਰੂ ਜੀ ਉਹ ਆਪ ਅਲੌਕਿਕ ਅਸਚਰਜ ਸਰੂਪ ਹੋ ਅਚਰਜ ਰੂਪ ਜਾਂ ਅਲੋਕ ਹੈ ਵਾੜਤੇ ਹੈ ਅਲੂ ਕੀ ਪਰ ਅਰਥ ਕਰਨ ਲੱਗਿਆਂ ਮਹਾਪੁਰਸ਼ ਅਨਮੈ ਕਰਕੇ ਇਸ ਤਰ੍ਹਾਂ ਵੀ ਕਰਦੇ ਨੇ ਵੀ ਅਲੋ ਕੱਕਾ ਅੱਗੇ ਲੈ ਜਾਂਦੇ ਕਹੈ ਉਸ ਵਾਹਿਗੁਰੂ ਪਰਮੇਸ਼ਰ ਦਾ ਇੱਕ ਨਾਮ ਦੁਨੀਆ ਅੱਲਾ ਵੀ ਕਹਿੰਦੀ ਹੈ ਅਲੋ ਕਹੈ ਅੱਲਾ ਮੈਨੇ ਜਿਹੜਾ ਇੱਕ ਹੈ ਜਿਹਦੇ ਬਰਾਬਰ ਹੋਰ ਕੋਈ ਨਹੀਂ ਤੇ ਸਭ ਕੁਝ ਕਰਨ ਵਾਲਾ ਹੈ ਉਹਨੂੰ ਅੱਲਾਹ ਕਿਹਾ ਜਾਂਦਾ ਹੈ ਜਿਵੇਂ ਸਤਿਗੁਰੂ ਕਹਿੰਦੇ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵਾਏ ਗੁਸਈਆਂ ਕੋਈ ਅਲਾਏ ਤਾਂ ਉਹਨੂੰ ਅੱਲਾਹ ਵੀ ਕਿਹਾ ਜਾਂਦਾ ਹੈ ਅਸੂਕ ਹੈ हे ਅਕਾਲਪੁਰਖ ਜੀ ਆਪ ਸ਼ੋਕ ਤੋਂ ਦੁੱਖ ਤੋਂ ਸੋਗ ਤੋਂ ਰਹਿਤ ਹੋ ਜਿਵੇਂ ਸਰੀਰਕ ਦੁੱਖ ਹੈ ਛੱਟ ਤੇ ਵੱਜੀ ਸਰੀਰ ਤੇ ਉਹ ਹੋਇਆ ਦੁੱਖ ਪਰ ਜਿਹੜੀ ਚੀਜ਼ ਮਨ ਨੂੰ ਮਾਨੇ ਮਹਿਸੂਸ ਕੀਤੀ ਜਦੋਂ ਮਨ ਦੁਖੀ ਹੋਇਆ ਉਹ ਕੀ ਹੈ ਸ਼ੋਕ ਜਦੋਂ ਮਨ ਦੁਖੀ ਹੋਵੇ ਉਹ ਸ਼ੋਕ ਜਦੋਂ ਸਰੀਰ ਦੁਖੀ ਹੋਵੇ ਉਹ ਹੋ ਗਈ ਸੱਟ ਹੋ ਗਈ ਜ਼ਖਮ ਹੋ ਗਿਆ ਦੁੱਖ ਹੋ ਗਿਆ ਤਾਂ ਸ਼ੋਕ ਕਿਸੇ ਚੀਜ਼ ਦੇ ਜਾਣ ਤੇ ਹੁੰਦਾ ਹੈ ਕਿਸੇ ਵਸਤੂ ਦੇ ਕਿਸੇ ਪਦਵੀ ਤੇ ਤੇ ਮਾਇਆ ਤੇ ਜਾਣ ਤੇ ਇਹ ਸ਼ੋਕ ਪੈਦਾ ਹੁੰਦਾ ਹੈ ਜਿਵੇਂ ਕੋਈ ਬਹੁਤਾ ਪਿਆਰਾ ਚੜਾਈ ਕਰ ਗਿਆ ਤਾਂ ਮਨ ਦੇ ਵਿੱਚ ਜਿਹੜੀ ਬਿਰਤੀ ਪੈਦਾ ਹੋਈ ਬਿਰਤੀ ਮਾਨੇ ਪੈਦਾ ਕੀਤੀ ਉਹਦੇ ਜਾਣ ਕਰਕੇ ਉਹਦੇ ਵਿਛੋੜੇ ਕਰਕੇ ਉਹ ਕੀ ਹੈ ਸ਼ੋਕ ਦੁੱਖ ਤਾਂ ਵਾਹਿਗੁਰੂ ਪਰਮੇਸ਼ਰ ਜੀ ਇਹ ਸ਼ੋਕ ਇਹਨੂੰ ਦਵੰਦਵਾਦ ਵੀ ਕਹਿੰਦੇ ਨੇ ਇਹ ਦੋ ਚੀਜ਼ਾਂ ਚੱਲਦੀਆਂ ਨਾ ਜਿਵੇਂ ਰਾਤ ਤੇ ਦਿਨ ਇਹ ਕਿਉਂਗੇ ਦੋ ਜੋੜੇ ਦਵੰਦ ਖੁਸ਼ੀ ਗਮੀ ਹਰਖ ਸ਼ੋਕ ਆਉਣਾ ਜਾਣਾ ਜੰਮਣਾ ਮਰਨਾ ਇਸ ਕਰਕੇ ਸੰਸਾਰ ਨੂੰ ਦ્વੈਤ ਵੀ ਕਿਹਾ ਨਾ ਤੇ ਦ્વੈਤ ਦਾ ਹੌਲੀ ਹੌਲੀ ਕੀ ਸ਼ਬਦ ਬਣ ਗਿਆ ਸਾਡੀ ਭਾਸ਼ਾ ਇਸ ਦੁਨੀਆ ਦੋ ਨੀਂਹ ਜਿੱਥੇ ਦੋ ਚੀਜ਼ਾਂ ਚੱਲਦੀਆਂ ਨੇ ਤੇ ਚੱਲਦੀਆਂ ਰਹਿਣ ਗਿਆ ਸੰਯੋਗ ਵਿਜੋਗ ਦੋਹੇ ਕਾਰ ਚਲਾਵੇ ਲੇਖੇ ਆਵਹਿ ਭਾਗ ਤੇ ਇਹ ਚੱਲਦੇ ਰਹਿਣਗੇ ਕਿਉਂਕਿ ਦੁਨੀਆ ਚੱਲਦੀ ਏ ਤੇ ਤਾਂ ਦਵੰਦਵਾਦ ਕਹਿ ਦਿੰਦੇ ਨੇ ਦੁੰਦਵਾਦ ਕਹਿ ਦਿੰਦੇ ਨੇ ਦ્વੈਤ ਕਹਿ ਦਿੰਦੇ ਨੇ ਤਾਂ ਵਾਹਿਗੁਰੂ ਪਰਮੇਸ਼ਰ ਜੀ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਦਵੰਦਵਾਦ ਨਹੀਂ ਹਰ ਕਸ਼ੋਕ ਨਹੀਂ ਗੁਰਮਾਣੀ ਨੇ ਤੇ ਇਹ ਵੀ ਮੰਨਿਆ ਹੈ ਕਿ ਜਿਹੜੇ ਨਾਮ ਜਪਣ ਵਾਲੇ ਮਹਾਤਮਾ ਨੇ ਉਹਨਾਂ ਵਿੱਚ ਵੀ ਇਹ ਚੀਜ਼ ਨਹੀਂ ਕਿਸੇ ਚੀਜ਼ ਦੇ ਆਉਣ ਕਰਕੇ ਹਰਖ ਨਹੀਂ ਤੇ ਕਿਸੇ ਚੀਜ਼ ਦੇ ਜਾਣ ਕਰਕੇ ਸ਼ੋਕ ਨਹੀਂ ਇਹ ਵੀ ਉਹਨਾਂ ਦੇ ਵਿੱਚ ਨਹੀਂ ਹੁਣ ਸਤਿਗੁਰੂ ਨੌਵੇਂ ਪਾਤਸ਼ਾਹ ਇਸ ਗੱਲ ਦੀ ਗਵਾਹੀ ਦਿੰਦੇ ਨੇ ਵੀ ਮੁਕਤ ਕੌਣ ਹੁਣ ਆਪਣੇ ਸਿੱਖਾ ਵਿੱਚ ਏਕਾਤ ਚੱਲ ਪਈ ਨਾ ਵੀ ਜਿਹੜਾ ਵੀ ਮਹਾਤਮਾ ਚੜ੍ਹਾਈ ਕਰੇ ਉਹਨੂੰ ਫਿਰ ਇਹ ਬਾਅਦ ਚ ਬ੍ਰਹਮ ਗਿਆਨੀ ਲਿਖਣ ਲੱਗ ਪੈਂਦੇ ਹੌਲੀ ਹੌਲੀ ਹਰੇਕ ਨੂੰ ਹੀ ਲਿਖਣ ਲੱਗ ਪੈਂਦੇ ਤਕਰੀਬਨ ਜਿੰਨੇ ਵੀ ਸੰਤ ਮਹਾਤਮਾ ਚੜ੍ਹਾਈ ਕੀਤੇ ਉਹਨਾਂ ਨੇ ਭਾਵੇਂ ਸਾਰੀ ਉਮਰ ਨਿਮਰਤਾ ਵਿੱਚ ਮਹਾਰਾਜ ਦੀ ਹਜ਼ੂਰੀ ਵਿੱਚ ਕੱਟੀ ਹੋਵੇ ਪਰ ਚੜ੍ਹਾਈ ਕਰਨ ਤੋਂ ਬਾਅਦ ਮੌਤ ਤੋਂ ਬਾਅਦ ਉਹਨੂੰ ਬ੍ਰਹਮ ਗਿਆਨੀ ਦੀ ਡਿਗਰੀ ਦਿੰਦੇ ਆ। ਜਿਉਂਦੇ ਜੀ ਨਹੀਂ ਮਿਲਦੀ ਕਿਸੇ ਨੂੰ। ਹੁਣ ਤੁਸੀਂ ਹੈਰਾਨ ਹੋਵੋਗੇ ਨੌਵੇਂ ਪਾਦਸ਼ਾਹ ਦੀ ਨਿਗਾਹ ਦੇ ਵਿੱਚ ਮੁਕਤ ਕੌਣ? ਤਾਂ ਸਤਿਗੁਰੂ ਕਹਿੰਦੇ ਮੁਕਤ ਦੀ ਨਿਸ਼ਾਨੀ ਇਹ ਹੈ ਮਰਨ ਤੋਂ ਬਾਅਦ ਕੀ ਪਤਾ ਲੱਗਣਾ ਵੀ ਮੁਕਤ ਸਾਨੂੰ ਕੀ ਪਤਾ ਲੱਗਣਾ ਮੁਕਤ ਆ કે ਨਹੀਂ ਮੁਕਤ। ਉਹ ਤਾਂ ਵਾਹਿਗੁਰੂ ਜਾਣੇ ਜਾਂ ਉਹ ਜਾਣੇ। ਜਿਉਂਦੇ ਜੀ ਵੇਖਣਾ ਹੋਵੇ ਵੀ ਆ ਜਿਹੜਾ ਸੰਤ ਹੈ ਮੁਕਤ ਤਾਂ ਉਹਦੀਆਂ ਕੁਝ ਨਿਸ਼ਾਨੀਆਂ ਨਵੇਂ ਪਾਤਸ਼ਾਹ ਨੇ ਗੁਰਬਾਣੀ ਵਿੱਚ ਦੱਸੀਆਂ ਵੀ ਤੁਸੀਂ ਨਾ ਉਹਨੂੰ ਜਿਉਂਦੇ ਜੀ ਦੇਖ ਸਕਦੇ ਹੋ ਇਹਨਾਂ ਨਿਸ਼ਾਨੀਆਂ ਨਾਲ ਜਿਨ੍ਹਾਂ ਨਾਲ ਵੀ ਇਹ ਮੁਕਤਾ ਕੇ ਬੰਧਨ ਚ ਉਹ ਨਿਸ਼ਾਨੀਆਂ ਕੀ ਆ ਤਾਂ ਨਵੇਂ ਪਾਤਸ਼ਾਹ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨ। ਕੀ ਉਹ ਦੁੱਖ ਦੇ ਵਿੱਚ ਦੁਖੀ ਹੁੰਦਾ ਹੈ ਅੱਛਾ ਸੁਖ ਸੁਨੇਹੋ ਅਰਪੈ ਨਹੀਂ ਜਾ ਕੇ ਕੰਚਨ ਮਾਟੀ ਮਾਨ ਕੀ ਸੁਖ ਕਰਕੇ ਉਹ ਆਲਸੀ ਹੁੰਦਾ ਵਾ ਕਿਉਂ ਜਦੋਂ ਜਿਆਦਾ ਸੁਖ ਮਿਲ ਜਾਂਦਾ ਬੰਦੇ ਨੂੰ ਉਹ ਆਲਸੀ ਹੋ ਜਾਂਦਾ ਉਹਦਾ ਨਿਤਨੇਮ ਘਟ ਜਾਂਦਾ ਵਾ ਉਹਦਾ ਜਪ ਤਪ ਘਟ ਜਾਂਦਾ ਵਾ ਉਹਦੀ ਮਰਿਆਦਾ ਘਟ ਜਾਂਦੀ ਕੀ ਸੁਖ ਨੇ ਉਹਨੂੰ ਆਲਸੀ ਬਣਾਇਆ ਮਰਿਆਦਾ ਤੋਂ ਪਿਛੇ ਹਟਾਤਾ ਔਰ ਮਹਾਰਾ ਕੀ ਕਹਿੰਦੇ ਨੇ ਕੰਚਨ ਮਾਟੀ ਮਾਨ ਸੋਨਾ ਤੇ ਮਿੱਟੀ ਜੀ ਦੀ ਨਿਗਾਹ ਦੇ ਵਿੱਚ ਇੱਕ ਬਰਾਬਰ ਹੈ ਇਹ ਬੜੀ ਵੱਡੀ ਗੱਲ ਹੈ ਕਹਿਣੀ ਕਿੰਡੀ ਸੌਖੀ ਹੈ ਪਰ ਨਵੇਂ ਪਾਤਸ਼ਾਹ ਦਾ ਪਵਿੱਤਰ ਬਚਨ ਕੰਚਨ ਮਾਟੀ ਮੰਨ। ਫਿਰ ਨਹਿ ਨਿੰਦਿਆ ਨਾ ਉਸਤਤ ਜਾਕ ਲੋਭ ਮੋਹ ਅਪਮਾਨਾ ਜਿਹਦੇ ਉੱਤੇ ਨਿੰਦਿਆ ਉਸਤਤ ਦਾ ਕੋਈ ਅਸਰ ਨਹੀਂ। ਇਹ ਸਿਰਫ ਸੁਣਨ ਵਾਲੀ ਗੱਲ ਨਹੀਂ ਹੈ। ਇਕ ਕੋਈ ਬੰਦਾ ਵਾ ਉਹ ਆਉਂਦਾ ਵਾ ਉਹਦੇ ਗਲਾਂ 'ਚ ਫੁੱਲਾਂ ਦਾ ਹਾਰ ਪਾਓ ਸਿਰ ਤੇ ਉਹਦੇ ਸਿਰੇ ਜਾਂ ਫੁੱਲਾਂ ਦੀ ਵਰਖਾ ਕਰੋ ਹੋਰ ਬੈਂਡ ਵਾਜੇ ਕਿੰਨਾ ਸਤਕਾਰ ਹੋਵੇ ਮਾਣ ਹੋਵੇ ਹੁਣ ਇੰਨੇ ਸਤਕਾਰ 'ਚ ਉਹ ਕਿੱਡਾ ਖੁਸ਼ ਹੋਵੇਗਾ ਤੇ ਦੂਸਰੇ ਪੰਨੇ ਜੇ ਨਿੰਦਿਆ ਹੋ ਜਾਵੇ ਤੇ ਫਿਰ ਕਿੰਨਾ ਦੁਖੀ ਹੋਵੇਗਾ ਇਹ ਤੋਂ ਉਲਟ ਬਿਲਕੁਲ ਤਾਂ ਨਿੰਦਿਆ ਵੀ ਬੰਦੇ ਦਾ ਦਿਮਾਗ ਖਰਾਬ ਕਰ ਦਿੰਦੀ ਹੈ ਉਸਤਤ ਚਲੋ ਕਰਦੀ ਕਰਦੀ ਹੈ ਨਾ ਫਿਰ ਉਸਤਤ ਖਾਣ ਦਾ ਸ਼ਕੀਨ ਹੋ ਜਾਂਦਾ ਹੈ ਰੋਜ਼ ਵੀ ਉਸਤਤ ਹੋਣੀ ਚਾਹੀਦੀ ਹੈ। ਮਹਾਤਮਾ ਸਾਧੂ ਲੋਕ ਕਹਿੰਦੇ ਵੀ ਜਿਹੜੀ ਭਗਤੀ ਦਿਖਾਵੇ ਦੀ ਆ ਨਾ ਉਹ ਜਾਦੀ ਹੁੰਦੀ ਹੈ। ਤੇ ਜਿਹੜੀ ਕੱਲੀ ਬਹਿ ਕੇ ਇਕਾਗਰ ਚਿਤ ਹੋ ਕੇ ਕਰੀਦੀ ਉਹ ਕਠਨ ਹੁੰਦੀ ਕਿਉਂ? ਹੁਣ ਮੰਨ ਲਓ ਸਿਆਲਾਂ ਦੇ ਦੇਣੀ ਹੈ। ਜੇ 5-7 ਬੰਦੇ ਤੁਹਾਨੂੰ ਅੰਮ੍ਰਿਤ ਵੇਲੇ ਤੁਸੀਂ ਇਸ਼ਨਾਨ ਕਰਦੇ ਹੋ। ਤੇ ਪੰਜ ਸੱਤ ਬੰਦੇ ਜਾਣੇ ਦੇਖ ਰਹੇ ਆ ਵੀ ਬਾਬਾ ਠੰਡੇ ਪਾਣੀ ਨਾਲ ਨਹਾਉਂਦਾ ਤੁਸੀਂ ਟਿੜ-ਟਿੜ ਕੇ ਨਹਾਉਣਾ ਵੀ ਵੇਖਦੇ ਭਾਏ ਮੈਨੂੰ ਜੇ ਮੈਨੂੰ ਤੇ ਠੰਡ ਲੱਗਦੀ ਨਹੀਂ ਤੇ ਜੇ ਇਹੀ ਇਹਨੇ ਕੱਲੇ ਨੇ ਕਮਰੇ 'ਚ ਇਸ਼ਨਾਨ ਕਰਨਾ ਹੋਵੇ ਭਾਵੇਂ ਗੀਜਰ ਤੋਂ ਬਿਨਾ ਇਹ ਪਾਣੀ ਬਨਾਥਾਂ ਦੇ ਪੌਂਦਾ ਵਖਾਵੇ ਦੇ ਵਿੱਚ ਸ਼ਕਤੀ ਜ਼ਿਆਦੀ ਹੁੰਦੀ ਹੈ ਵਖਾਵੇ ਦੇ ਵਿੱਚ ਤਾਕਤ ਜ਼ਿਆਦੀ ਹੁੰਦੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਜਗ੍ਹਾ ਐਸੀ ਗਏ ਸੀ ਜਿੱਥੇ ਕਹਿੰਦੇ ਸੀ ਕਿ ਇੱਕ ਸਾਧੂ ਹੈ ਜਿਹੜਾ 6 ਮਹੀਨੇ ਅੰਨ ਨਹੀਂ ਖਾਂਦਾ ਤੇ ਅੰਨ ਤੋਂ ਬਿਨਾਂ ਤੇ ਸਰੀਰ ਰਹਿੰਦਾ ਨਹੀਂ ਸਰੀਰ ਦੀ ਮੌਤ ਤੇ ਜਦੋਂ ਉਹ ਆਪਣੇ ਭੂਰੇ ਦੇ ਵਿੱਚੋਂ ਬਾਹਰ ਆਉਂਦਾ ਉਦੋਂ ਕੀ ਹੁੰਦਾ ਹੈ ਵੀ ਫਿਰ ਬਹੁਤ ਵੱਡਾ ਮੇਲਾ ਲੱਗਦਾ ਵੀ ਦੁਨੀਆ ਵੇਂਦੀ ਵੀ ਕਮਾਲ ਹੋ ਗਈ ਵੀ ਬੰਦੇ ਨੇ ਰੋਟੀ ਛੱਡੀ ਮਹਾਰਾਜ ਨੇ ਫਿਰ ਕੀ ਕੀਤਾ ਮਹਾਰਾਜ ਨੇ ਇੱਕ ਵਾਰੀ ਹੋਕਾ ਦੇਤਾ ਕਹਿੰਦੇ ਐਰ ਕੀ ਉਹਨੇ ਬਾਹਰ ਨਹੀਂ ਆਉਣਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਤੇ ਭਾਈ ਮਰਦਾਨੇ ਬਾਲੇ ਨੂੰ ਕਹਿੰਦੇ ਤੈਨੂੰ ਦਿਖਾਉਨੇ ਕੀ ਖਾਂਦਾ ਏ ਹੁਣ ਜਦੋਂ ਹੋਕਾ ਦੇ ਦਿੱਤਾ ਗਿਆ ਵੀ ਸੰਤ ਨੇ ਬਾਹਰ ਹੀ ਨਹੀਂ ਆਉਣਾ ਤੇ ਮੇਲਾ ਲੱਗਾ ਹੀ ਨਾ ਤੇ ਜਦੋਂ ਮੇਲਾ ਨਾ ਲੱਗਾ ਉਧਰ ਉਹਨੇ ਬਾਹਰ ਨਿਕਲਣਾ ਸੀ ਜਦੋਂ ਬਾਹਰ ਆਇਆ ਨਾ ਕੋਈ ਵਾਜਿਆਂ ਵਾਲਾ ਨਾ ਕੋਈ ਹਾਰਾਂ ਵਾਲਾ ਨਾ ਕੋਈ ਮੱਥਾ ਟੇਕਣ ਵਾਲਾ ਨਾ ਕੋਈ ਪੂਜਾ ਵਾਲਾ ਨਾ ਉਸਤਤਾਲ ਉਹ ਸੰਤ ਬਿਹੋਸ਼ ਹੋ ਕੇ ਡਿੱਗ ਪਿਆ ਆ ਮਹਾਰਾਜ ਕਹਿੰਦੇ ਮਾਣ ਦੀ ਖਰਾ ਖਾਂਦਾ ਜਿਹੜੀ ਚੀਜ਼ ਵਿਖਾ ਕੇ ਆਪਾਂ ਕਰਦੇ ਨਾ ਵਿਖਾ ਕੇ ਉਹ ਥੋੜੀ ਜਿਆਦਾ ਹੀ ਹੋ ਜਾਂਦੀ ਆ ਲੋੜ ਤੋਂ ਵੱਧ ਹੋ ਜਾਂਦੀ ਪਤਾ ਤੇ ਉਦੋਂ ਲੱਗਦਾ ਜਦੋਂ ਕਹਿਣ ਵਾਲਾ ਕੋਈ ਨਹੀਂ ਵੇਖਣ ਵਾਲਾ ਕੋਈ ਨਹੀਂ ਰੋਕਣ ਵਾਲਾ ਕੋਈ ਨਹੀਂ ਟੋਕਣ ਵਾਲਾ ਕੋਈ ਨਹੀਂ ਤੇ ਪੂਰੀ ਸੁਤੰਤਰਤਾ ਵਾ ਜੋ ਤੂੰ ਕਰਦਾ ਕਰ ਤੇ ਉਦੋਂ ਵੀ ਮਰਿਆਦਾ ਵਿੱਚ ਰਵੇ ਨਿਤਨੇਮ ਚ ਨਾਗਾ ਨਾ ਪਵੇ ਭਜਨ ਬੰਦਗੀ ਦੇ ਵਿੱਚ ਚਿੱਤ ਜੁੜਿਆ ਹੋਵੇ ਨਹੀਂ ਤੇ ਜਦੋਂ ਸਾਰੀ ਸੰਗਤ ਬੈਠੀ ਹੁੰਦੀ ਹੈ ਕਈ ਮੇਰੇ ਅਰ ਅਰਗਿਆਣ ਕੇ ਮੂਹਰੇ ਬਹਿ ਕੇ ਅੱਗੇ ਬਹਿ ਕੇ ਅੱਖਾਂ ਮੀਚ ਲੈਣਗੇ ਗੋਡਿਆਂ ਤੇ ਹੱਥ ਏਦਾਂ ਰੱਖੇ ਹੁੰਦੇ ਜਿਦਾਂ ਦਸੰਦਵਾਰ ਚ ਸੁਰਤ ਚੜੀ ਹੁੰਦੀ ਹੈ ਤਾਂ ਇਹ ਜਿਹੜਾ ਵਿਖਾਵਾ ਇਹਦੇ ਵਿੱਚ ਤਾਕਤ ਬਹੁਤ ਜ਼ਿਆਦੀ ਹੈ ਵਿਖਾਵੇ ਦਾ ਮਾਰਾ ਹੁਣ ਤੁਸੀਂ ਬਾਹਰਲੇ ਦੇਸ਼ਾਂ ਚ ਵੇਖੋ ਕਈ ਉੱਥੇ ਸੱਜਣ ਕਿੰਨੀ ਬਰਫ਼ ਪੈਂਦੀ ਆ ਉਹਨਾਂ ਦੀਆਂ ਝੀਲਾਂ ਉਹਨਾਂ ਦੇ ਦਰਿਆ ਉਹਨਾਂ ਦੀਆਂ ਨਦੀਆਂ ਜੰਮ ਪੈਂਦੀਆਂ ਨੇ ਉਹ ਨਦੀਆਂ ਜੰਮ ਜਾਂਦੀਆਂ ਤੇ ਉਹ ਜੰਮੇ ਹੋਏ ਪਾਣੀ ਨੂੰ ਜਿੱਥੇ ਥੋੜਾ ਬਹੁਤਾ ਪਾਣੀ ਉਹਦੇ ਵਿੱਚ ਖਲੋ ਕੇ ਫਿਰ ਉਹ ਚੈਰਿਟੀ ਵਾਸਤੇ ਪੈਸੇ ਇਕੱਠੇ ਕਰਦੇ ਕੋਈ ਅੱਧਾ ਘੰਟਾ ਬਰਫ ਵਾਲੇ ਪਾਣੀ 'ਚ ਖਲੋ ਜਾਂਦਾ ਕੋਈ 40 ਮਿੰਟ ਖਲੋਂਦਾ ਏਦਾਂ ਰਿਕਾਰਡ ਬਣਾਏ ਉਹਨਾਂ ਨੇ ਤਾਂ ਉਹ ਵਿਖਾਵੇ ਦੇ ਵਿੱਚ ਤਾਕਤ ਬੜੀ ਹੁੰਦੀ ਵੀ ਐਨੀ ਦੁਨੀਆ ਮੈਨੂੰ ਵੇਂਦੀ ਪਈ ਹੈ ਤਾਂ ਮਹਾਰਾਜ ਕਹਿੰਦੇ ਆ ਵੀ ਇਹ ਨਿੰਦਿਆ ਉਸ ਦਾ ਅਸਰ ਸਾਰਿਆਂ 'ਤੇ ਹੀ ਪੈਂਦਾ ਪਰ ਵਿਰਲੇ ਹੀ ਹੋਣਗੇ ਜਿਹੜੇ ਵਿਖਾਵੇ ਤੋਂ ਰਹਿਣ ਧੋਣਗੇ ਮਾਣ ਵੜਿਆਈ ਤੋਂ ਰਹਿਤ ਹੋਣਗੇ ਉਸਤਤ ਤੋਂ ਰਹਿਤ ਹੋਣਗੇ ਜਿਨ੍ਹਾਂ ਉੱਤੇ ਪੂਰਾ ਅਸਰ ਪਵੇ ਐਸੇ ਸੰਤ ਬਹੁਤ ਘੱਟ ਦੇਖਣ ਨੂੰ ਮਿਲ ਗਏ ਕਲਕੱਤੇ ਦੀ ਗੱਲ ਹੈ ਪ੍ਰਾਣੇ ਸਿੰਘ ਸੁਣਾਉਂਦੇ ਨੇ ਕਿ ਸ਼੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਵਾ ਉਥੇ ਮਹੀਨਾ ਮਹੀਨਾ ਕਥਾ ਕਰਦੇ ਹੁੰਦੇ ਸਨ ਤਾਂ ਦੂਸਰੇ ਬੰਨੇ ਹੋਰ ਕੋਈ ਵੀ ਪ੍ਰਚਾਰਕ ਆਇਆ ਹੋਵੇਗਾ ਤੇ ਪ੍ਰਚਾਰਕ ਦੇ ਸ਼ਬਦਾਂ 'ਚ ਪਰਚਾ ਬੜਾ ਹੁੰਦਾ ਨਾ ਫਿਰ ਇੱਧਰ ਉੱਧਰ ਦੀਆਂ ਗੱਲਾਂ ਫਿਰ ਲੈਕਚਰ ਬਣੇ ਹੁੰਦੇ ਆ ਤੇ ਦੁਨੀਆ ਚੰਗੀ ਬੰਦਾ ਉਹ ਚਿੱਤ ਚੰਗਾ ਪ੍ਰਚਾਰਕ ਪ੍ਰਚਾ ਲੈਂਦੇ ਆਪਣੇ ਸ਼ਬਦਾਂ 'ਚ ਹੁਣ ਸੰਤਾਂ ਵੇਲੇ ਬੜੀ ਸੰਗਤ ਇਕੱਠੀ ਹੁੰਦੀ ਜਿੱਦਣ ਕੋਈ ਸੱਜਣ ਪ੍ਰਚਾਰਕ ਆਇਆ ਹੋਵੇਗਾ ਤੇ ਉਹ ਗੁਰਸਿੱਖ ਪ੍ਰਾਣੇ ਦੱਸਦੇ ਨੇ ਗੁਰਮਖ ਦੱਸਦੇ ਨੇ ਕਿ ਫਿਰ ਸੰਤਾਂ ਕੋਲੇ ਤੇ ਉਹਨੇ ਕੀ ਰਹਿ ਗਏ ਇੱਕ ਦੋ ਪ੍ਰਾਣੀ ਕਥਾ ਸੁਣਨ ਵਾਲੇ ਬਾਕੀ ਜਿਹੜਾ 100 150 ਸਿੰਘ ਵਿਦਿਆ ਪੜਦਾ ਸੀ ਉਹੋ ਹੀ ਬਸ ਤਾਂ ਉਹ ਸੰਤਾਂ ਦੀ ਜਿਹੜੀ ਕਥਾ ਸੀ ਕਹਿੰਦੇ ਉਸ ਦਿਨ ਐਸੀ ਰਾਸ ਵਾਲੀ ਹੋਈ ਕਿ ਜਿੱਦਣ ਸਾਰਾ ਹਾਲ ਭਰਿਆ ਹੁੰਦਾ ਸੀ ਉਤੋਂ ਵੀ ਸੋਹਣੀ ਹੋਈ ਕਿਉਂ ਕਥਾ ਕਾਦੇ ਵਾਸਤੇ ਆ ਰੱਬ ਵਾਸਤੇ ਆ ਤੇ ਆਪਣੇ ਮਨ ਵਾਸਤੇ ਦੂਸਰੇ ਨੂੰ ਸੁਣਾਉਣ ਵਾਸਤੇ ਜੀ ਤਾਂ ਉਹਨਾਂ ਦੀ ਕਥਾ ਦੇ ਰਾਸ ਵਿੱਚ ਫਰਕ ਨਹੀਂ ਪਿਆ ਤੇ ਆਮ ਜਿਹੜਾ ਵਿਦਵਾਨ ਸੱਜਣ ਹੁੰਦਾ ਹੈ ਜੇ ਤੇ 10 ਬੰਦੇ ਅੱਗੇ ਬੈਠੇ ਫੇਰ ਤੇ ਆਉਂਦੀਆਂ ਉਤੋਂ ਹੀ ਵਾਈਆਂ ਸ਼ੁਰਲ ਗਿਆ ਜਾਂਦਿਆਂ ਫਿਰ ਤੇ ਜੇ ਕੋਈ ਨਹੀਂ ਬੈਠਾ ਤੇ ਜੇ ਕਹਿ ਦਗੇ ਇਹਨਾਂ ਤੇ ਕਹਿੰਦਾ ਗੁਰ ਦਰਬਾਰ ਚ ਤੇ ਕੋਈ ਨਹੀਂ ਆ ਕਥਾ ਕਰਨੋਂ ਵੀ ਮੌਤ ਪੈਂਦੀ ਹੈ ਵੀ ਕੱਲਾ ਕਰ ਸਕਦਾ ਰੋਜ ਬਿਣਾ ਨਾਗੇ ਤੋਂ ਤਾਂ ਇਹ ਨਿੰਦਿਆ ਉਸਤਤ ਕਹਿਣੀ ਬੜੀ ਸੌਖੀ ਗੱਲ ਹੈ ਪਰ ਇਹ ਤੋਂ ਬਚਣ ਵਾਲੇ ਕੋਈ ਵਿਰਲੇ ਹਨ ਤਾਂ ਮਹਾਰਾਜ ਕਹਿੰਦੇ ਜਿਨ੍ਹਾਂ ਤੇ ਨਿੰਦਿਆ ਉਸਤਤ ਦਾ ਅਸਰ ਨਹੀਂ ਹੈ ਮਾਨ অপਮਾਨ ਦਾ ਅਸਰ ਨਹੀਂ ਆਸਾ ਮਨਸਾ ਦਾ ਅਸਰ ਦਈ ਹੈ ਐਸੇ ਗੁਰਸਿੱਖ ਜਿਉਂਦੇ ਜੀ ਮੁਕਤ ਮੰਨੇ ਜਾਂਦੇ ਇਹ ਮੰਨਣੇ ਚਾਹੀਦੇ ਨੇ ਕਿ ਵੀ ਇਹ ਮੁਕਤ ਹਨ ਤਾਂ ਸੱਚੇ ਪਾਤਸ਼ਾਹ ਕੀ ਕਹਿੰਦੇ ਪੰਜਵੇਂ ਪਾਤਸ਼ਾਹ ਦਾ ਵੀ ਇਸੇ ਤਰ੍ਹਾਂ ਦਾ ਸ਼ਬਦ ਸੁਖਣੀ ਸਾਹਿਬ ਚ ਪ੍ਰਭ ਕੀ ਆਗਿਆ ਆਤਮ ਹਤਾਵੇ ਜੀਵਨ ਮੁਕਤ ਸੂ ਕਹਾਵੇ ਤੈਸਾ ਹਰਖ ਤੈਸਾ ਉਹ ਸੋਗ ਸਦਾ ਆਨੰਦ ਤੈ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬੇਖਾਟੀ ਤੈਸਾ ਮਾਨ ਤੈਸਾ ਬਮਾ ਤਾਂ ਵਾਹਿਗੁਰੂ ਪਰਮੇਸ਼ਰ ਜੀ ਦੇ ਵਿੱਚ ਸ਼ੋਕ ਮੈਨੇ ਦੁੰਦਵਾਦ ਨਹੀਂ ਦ્વੈਤ ਨਹੀਂ ਹੈ ਉਥੇ ਵਾਹਿਗੁਰੂ ਪਰਮੇਸ਼ਰ ਜੀ ਕਿਦਾਂ ਦੇ ਨੇ ਅਸ਼ੋਕ ਹੈ हे ਅਕਾਲ ਪੁਰਖ ਜੀ ਤੂੰ ਦੁੱਖ ਸੁਖ ਖੁਸ਼ੀ ਗਮੀ ਹਰਕ ਅਸ਼ੋਕ ਐਸੇ ਦੁੰਧਵਾਦ ਤੋਂ ਆਪ ਜੀ ਰਹਿਤ ਹੋ ਅਕਰਮ ਹੈ ਇਹ ਅਕਾਲ ਪੁਰਖ ਜੀ ਤੂੰ ਕਰਮਾਂ ਦੀ ਅਧੀਨਤਾ ਤੋਂ ਰਹਿਤ ਹੈ ਹਰ ਬੰਦਾ ਕਰਮਾਂ ਦੇ ਅਧੀਨ ਤੇ ਕਰਮ ਤਿੰਨ ਤਰ੍ਹਾਂ ਦੇ ਮੰਨੇ ਨੇ ਸੰਚਿਤ ਕਿਰਮਾਨ ਤੇ ਪਰਾਲਭ ਤੇ ਕਰਮ ਦਾ ਫਲ ਉਹਨੂੰ ਭੋਗਣਾ ਪੈਂਦਾ ਜਿਹਨੂੰ ਇੱਕ ਇਹ ਤਿੰਨ ਕਰਮ ਹੋ ਗਏ ਸੰਚਿਤ ਕਿਰੇਮਾਨ ਸੰਚਿਤ ਤੇ ਪਰਾਲਪ ਸ਼ੁਰੂਆਤ ਕਿਰੇਮਾਨ ਤੋਂ ਹੀ ਉਹ ਜੁੜ ਗਏ ਉਹੀ ਪਰਾਲਪ ਦੱਗੇ ਹੁਣ ਇਹਨਾਂ ਦੀ ਵਿਆਖਿਆ ਬਹੁਤ ਜ਼ਿਆਦੀ ਹੈ ਗੀਤਾ ਵਿੱਚ ਭਗਵਾਨ ਕਹਿੰਦੇ ਕਰਮਨਾਮ ਗਹਿਨੋ ਗਤੀ ਇਹ ਕਰਮਾਂ ਦਾ ਤੇ ਬਹੁਤ ਗਹਿਣ ਕੰਮ ਹੈ ਇਹ ਕਿਸੇ ਦੇ ਵਾਸਤੇ ਦੀ ਗੱਲ ਨਹੀਂ ਇਥੇ ਕੁਝ ਨਹੀਂ ਪਤਾ ਲੱਗਦਾ ਕਰਮਾਂ ਦਾ ਫਲ ਕੀ ਮਿਲਦਾ ਕਿਸੇ ਨੂੰ ਹੁਣ ਕਰਮ ਤਾਂ ਤਿੰਨ ਨੇ ਕਿਰਮਾਨ ਸੰਚਿਤ ਤੇ ਪ੍ਰਾਲਬ ਪਰ ਇਹਨਾਂ ਨਾਲ ਇੱਕ ਚੀਜ਼ ਹੋਰ ਜ਼ਰੂਰੀ ਆ ਉਹ ਕੀ ਹੈ ਇਹ ਚੰਗੇ ਮਾੜੇ ਦੀ ਖਬਰ ਕਰਮ ਤੇ ਪਸ਼ੂ ਵੀ ਕਰਦਾ ਪਰ ਉਹਨੂੰ ਫਲ ਨਹੀਂ ਭੋਗਦਾ ਪੈਂਦਾ ਜਿੰਨੂੰ ਪਤਾ ਵਾ ਵੀ ਆਹ ਚੀਜ਼ ਚੰਗੀ ਆ ਆਹ ਮਾੜੀ ਆ ਉਹਦੇ ਤੇ ਕਰਮ ਲਾਗੂ ਹੁੰਦਾ ਹੁਣ ਕਰਮ ਤੇ ਬੱਚਾ ਵੀ ਕਰਦਾ ਪਰ ਉੱਤੇ ਨਹੀਂ ਕਰਮ ਦਾ ਫਲ ਲਾਗੂ ਹੁੰਦਾ। ਉਹੀ ਬੱਚਾ ਜਦੋਂ ਵੱਡਾ ਹੋ ਜਾਊਗਾ ਉਹਨੂੰ ਖਬਰ ਆ ਜਾਣੀ ਆ ਚੰਗਾ ਕੀ ਆ ਮਾੜਾ ਕੀ ਆ ਪਾਪ ਕੀ ਆ ਪੁੰਨ ਕੀ ਆ ਤਾਂ ਫੇਰ ਉਹਦੇ ਉੱਤੇ ਕਰਮ ਦਾ ਫਲ ਲਾਗੂ ਹੋਊਗਾ। ਚੰਗੇ ਕਰੂਗਾ ਤੇ ਚੰਗਾ ਮਿਲੇਗਾ ਕਿਉਂ ਇੱਥੇ ਕਰਮਾਂ ਦੀ ਧਰਤੀ ਐ ਮਾੜਾ ਕਰੇਗਾ ਤੇ ਮਾੜਾ ਮਿਲੇਗਾ। ਪਰ ਵਾਹਿਗੁਰੂ ਪਰਮੇਸ਼ਰ ਇਸ ਤਰ੍ਹਾਂ ਕਰਮਾਂ ਦੇ ਅਧੀਨ ਨਹੀਂ। ਉਹਦੇ ਉੱਤੇ ਕਰਮਾਂ ਦਾ ਫਲ ਲਾਗੂ ਨਹੀਂ ਹੁੰਦਾ ਉਹ ਕਰਮ ਤੋਂ ਆ ਰਹਿਤ ਹੈ ਸਤਿਗੁਰੂ ਕਹਿੰਦੇ ਅਲਖ ਅਪਾਰ ਅਗੰਮ ਅਗੋਚਰ ਦਾਤ ਇਸ ਕਾਲ ਨਾ ਕਰਮਾਂ ਆ ਪਰਮ ਹੈ ਏ ਅਕਾਲ ਪੁਰਖ ਜੀ ਆਪ ਹਰ ਪ੍ਰਕਾਰ ਦੇ ਪਰਮਾ ਤੋਂ ਰਹਿਤ ਜੇ ਕਰਮ ਪਰਮ ਨਹੀਂ ਜਾਤ ਪਾਤ ਨਹੀਂ ਨੇਹ ਗੇਹ ਨਹੀਂ ਪਿਤਰ ਮਾਤ ਵਾਹਿਗੁਰੂ ਵਿੱਚ ਕਿਸੇ ਪ੍ਰਕਾਰ ਦਾ ਭਰਮ ਨਹੀਂ ਭਰਮ ਤੋਂ ਰਹਿਤ ਹੈ ਤੇ ਆਪਣੇ ਪਿਆਰਿਆਂ ਨੂੰ ਵੀ ਭਰਮ ਤੋਂ ਰਹਿਤ ਕਰ ਦਿੰਦੇ ਹਨ ਫਿਰ ਹਰ ਜਗ੍ਹਾ ਤੇ ਉਹਦੇ ਵਾਹਿਗੁਰੂ ਜੀ ਦੇ ਪਰਮੇਸ਼ਰ ਦੇ ਗੁਰੂ ਸਾਹਿਬ ਦੇ ਹੀ ਦਰਸ਼ਨ ਉਹਨਾਂ ਰੂਹ ਹੁੰਦੇ ਹਨ ਅਜੀਤ ਹੈ ਅਭੀਤ ਹੈ ਅਵਾਹ ਹੈ ਅਗਾਹ ਹੈ ਅਜੀਤ ਹੈ ਅਕਾਲ ਪੁਰਖ ਜੀ ਆਪ ਜੀ ਨੂੰ ਕੋਈ ਜਿੱਤ ਨਹੀਂ ਸਕਦਾ ਅਪੀਤ ਭੀਤ ਕਹਿੰਦੇ ਖੌਫ ਨੂੰ ਹੇ ਵਾਹਿਗੁਰੂ ਪਰਮੇਸ਼ਰ ਜੀ ਆਪ ਹਰ ਪ੍ਰਕਾਰ ਦੇ ਖੌਫ ਤੋਂ ਡਰ ਤੋਂ ਭੈ ਤੋਂ ਰਹਿਤ ਹੋ ਅਵਾਹ ਹੈ ਬਾਹ ਕਹਿੰਦੇ ਬਾਹਾਂ ਨੂੰ ਅੰਗਾ ਨੂੰ ਜਿਵੇਂ ਅੰਗਾਂ ਵਾਲਾ ਸਰੀਰ ਮੰਨਿਆ ਅਵੈਵਾਂ ਵਾਲਾ ਸਰੀਰ ਮੰਨਿਆ ਹੈ ਅਵੈਵ ਕਹਿ ਲੋ ਅੰਗ ਕਹਿ ਲੋ ਇਦਾਂ ਵਾਹਿਗੁਰੂ ਪਰਮੇਸ਼ਰ ਅਵੈਵ ਰਹਿਤ ਹੈ ਅੰਗ ਰਹਿਤ ਹੈ ਉਹਦਾ ਸਰੀਰ ਸਾਡੇ ਵਾਂਗ ਅੰਗਾਂ ਵਾਲਾ ਨਹੀਂ ਹੈ ਨਿਰਗੁਣ ਸਰੂਪ ਵਿੱਚ ਉਹ ਅਗਾਹ ਹੈ ਬਾਹਾਂ ਅੰਗਾ ਤੋਂ ਰਹਿਤ ਹੈ ਅਗਾਹ ਹੈ ਗਾ ਕਹਿੰਦੇ ਨੇ ਪਾਣੀ ਦੀ ਗਹਿਰਾਈ ਜਿੱਥੇ ਘਟ ਹੋਵੇ ਤਾਂ ਆ ਅਗਾਹ ਮੈਨੇ ਅਗਾਦ ਡੂੰਗਾ ਜਿਹਦਾ ਕੋਈ ਅੰਤ ਨਹੀਂ ਪਾ ਸਕਦਾ ਐਸਾ ਵਾਹਿਗੁਰੂ ਏ ਅਕਾਲ ਪੁਰਖ ਜੀ ਆਪ ਅਗਾਹ ਮੈਨੇ ਅਗਾਦ ਸਰੂਪ ਹੋ ਅਮਾਨ ਹੈ ਨਿਧਾਨ ਹੈ ਮਾਨ ਸੰਗਿਆ ਹੈ ਅਪਮਾਨ ਹੰਕਾਰ ਇਹ ਤੋਂ ਕੋਈ ਵਿਰਲਾ ਹੀ ਬਾਝ ਸਕਦਾ ਹੁਣ ਕਾਮ ਕ੍ਰੋਧ ਲੋਭ ਮੋਹ ਦੇ ਵਿੱਚ ਪੰਜਵੇਂ ਪਾਤਸ਼ਾਹ ਨੇ ਜਿਹੜੀ ਗਿਣਤੀ ਰੱਖੀ ਹੈ ਉਹ ਹੰਕਾਰ ਦੀ ਸਾਰੇ ਹੀ ਮਹਾਪੁਰਸ਼ਾਂ ਨੇ ਵਿਦਵਾਨਾਂ ਨੇ ਅਵਤਾਰੀ ਪੁਰਸ਼ਾਂ ਨੇ ਪੰਜਵਾਂ ਨੰਬਰ ਦਿੱਤਾ ਹੰਕਾਰ ਪਹਿਲਾ ਨਹੀਂ ਦਿੱਤਾ ਪਹਿਲਾ ਕਾਮ ਨੂੰ ਦੇਣਗੇ ਕਾਮ ਹੈ ਕ੍ਰੋਧ ਹੈ ਜੇ ਮਾਰ ਕਹਿੰਦੇ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹੰਮੇਬ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇ ਕਾਮ ਨੂੰ ਸਾਰੇ ਹੀ ਧਾਰਮਿਕ ਗ੍ਰੰਥਾਂ ਨੇ 1 ਨੰਬਰ ਦਿੱਤਾ। ਕ੍ਰੋਧ ਨੂੰ ਦੂਜਾ ਦਿੱਤਾ ਹੈ। ਮੋਹ ਨੂੰ ਰਾਜਾ ਮੰਨਿਆ ਹੈ। ਲੋਭ ਹੈ ਪਰ ਪੰਜਵਾਂ ਨੰਬਰ ਹੰਕਾਰ ਨੂੰ ਦਿੰਦੇ ਨੇ। ਉਹ ਕਿਉਂ ਕਿ ਜਿਹੜਾ ਚਾਰਾਂ ਤੋਂ ਵੱਜ ਗਿਆ ਫੇਰੀ ਤੂੰ ਨਹੀਂ ਬਾਈ ਤਾ। ਹਵਲ ਤੇ ਪਹਿਲਿਆਂ ਤੋਂ ਬਾਜੀ ਕੋਈ ਨਹੀਂ ਸਕਦਾ ਪਰ ਚਲੋ ਜ ਮੰਨ ਲੋ ਵੀ ਕਿ ਕੋਈ ਸਾਧਨ ਜਾਪ ਤਪ ਕਰਕੇ ਚਾਰਾਂ ਤੋਂ ਬਚ ਗਿਆ ਫਿਰ ਇਹ ਤੋਂ ਨਹੀਂ ਬਚੂਗਾ ਕਿਉਂ ਮਹਾਰਾਜ ਕਹਿੰਦੇ ਮਾਨ ਮੁਨੀ ਮਨਵਰ ਗਲੇ ਮਾਨ ਸਭੇ ਕੋ ਖਾ ਤੇ ਕਮਾਲ ਦੀ ਗੱਲ ਹੈ ਵੀ ਇਹ ਉਮਰ ਵਧਨ ਦੇ ਨਾਲ ਇਹ ਘਟਦਾ ਨਹੀਂ ਉਮਰ ਵਧੀ ਨਿਗਾਹ ਘਟ ਗਈ ਕੰਨਾਂ ਦੀ ਸੁਣਨ ਸ਼ਕਤੀ ਘਟ ਗਈ ਸਰੀਰ ਦਾ ਬਲ ਘਟ ਗਿਆ ਤੇ ਹੁਣ ਮਾਨ ਵੀ ਘਟ ਗਿਆ ਹੋਵੇਗਾ ਇਹ ਤਾਂ ਸਗੋ ਜਿਵੇਂ ਜਿਵੇਂ ਬੁਢੇਪਾ ਆਉਂਦਾ ਓਵੇਂ ਓਵੇਂ ਹੌਵੇਂ ਵਾਧੀ ਹੈ। ਸਰੀਰ ਜਿਵੇਂ ਜਿਵੇਂ ਕਮਜ਼ੋਰ ਹੁੰਦਾ ਹੰਕਾਰ ਓਵੇਂ ਓਵੇਂ ਬਲਵਾਨ ਹੁੰਦਾ। ਇਹ ਸੇ ਕਰਕੇ ਬੁੱਢੇ ਬੰਦੇ ਛੇਤੀ ਕੁਰਸੀ ਛੱਡ ਕੇ ਰਾਜੀ ਨਹੀਂ। ਭਾਵੇਂ ਕਿ ਉਹਨਾਂ ਦੇ ਬੱਚੇ ਜਵਾਨ ਹੋ ਜਾਣ ਉਹ ਅੱਗੇ ਲਾ ਕੇ ਰਾਜੀ ਨਹੀਂ ਹੁੰਦੇ ਕਿਸੇ। ਤਾਂ ਜਿਵੇਂ ਜਿਵੇਂ ਸਰੀਰ ਬੁੱਢਾ ਹੁੰਦਾ ਹੈ ਓਵੇਂ ਓਵੇਂ ਹੌਵੇਂ ਵਾਧੀ ਆ ਵੀ ਮੈਂ ਬੜਾ ਸਿਆਣਾ। ਮਰ ਤੋਂ ਤਜਰਬਾ ਬੜਾ ਹੈ ਤੇ ਕਮਾਲ ਦੀ ਗੱਲ ਇਹ ਹੈ ਕਿ ਜਦ ਤੱਕ ਸਰੀਰ ਬੰਦੇ ਦਾ ਰਹਿੰਦਾ ਹੈ ਮੈਂ ਮੇਰੀ ਦੀ ਬਿਰਤੀ ਰਹਿੰਦੀ ਹੀ ਰਹਿੰਦੀ ਹੈ ਵਿੱਚ ਜਿੰਨਾ ਚਿਰ ਬੰਦੇ ਦਾ ਸਰੀਰ ਹੀ ਤਾਂ ਜਿੰਨਾ ਚਿਰ ਬੰਦੇ ਦਾ ਹਿਰਦਾ ਨਹੀਂ ਨਾ ਬਦਲਦਾ ਉਹਨਾਂ ਚਿਰ ਬਾਹਰੋਂ ਬਦਲਣ ਦੇ ਨਾਲ ਬਹੁਤਾ ਕੁਝ ਨਹੀਂ ਬਦਲਦਾ ਮਨ ਲਓ ਬਾਹਰੋਂ ਹਿਰਦਾ ਉਹੀ ਰਿਹਾ ਬਾਹਰੋਂ ਕੱਪੜੇ ਬਦਲ ਲੇ ਪਰ ਦਿਲ ਤੇ ਉਹੀ ਆ ਨਾ ਬੋਧੀਆਂ ਨੇ ਹਿੰਦੁਸਤਾਨ ਦੀ ਇੱਕ ਸਾਖੀ ਲਿਖੀ ਆਪਣੇ ਗ੍ਰੰਥਾਂ ਚ ਬੜੀ ਪ੍ਰਸਿੱਧ ਹੈ ਬੜੀ ਥੋੜੀ ਹਾਸੇ ਵਾਲੀ ਵੀ ਹੈ ਪਰ ਸੰਦੇਸ਼ ਬੜਾ ਵਧੀਆ ਹੈ ਬੋਧ ਧਰਮ ਦੇ ਗ੍ਰੰਥ ਜਿਹੜੇ ਨੇ ਉਹਨਾਂ ਵਿੱਚ ਹਿੰਦੁਸਤਾਨ ਦੀ ਇੱਕ ਸਾਖੀ ਲਈ ਆ ਉਹਨਾਂ ਨੇ ਜਿਵੇਂ ਸਾਰਿਆਂ ਦੀ ਲਈ ਆ ਚੰਗੀਆਂ ਚੰਗੀਆਂ ਚੀਜ਼ਾਂ ਇੱਕ ਉਹਨਾਂ ਦੀ ਲਈ ਉਹ ਕਹਿੰਦੇ ਨੇ ਕਿ ਪ੍ਰਾਣੇ ਗ੍ਰੰਥਾਂ ਮੁਤਾਬਕ ਕੋਈ ઋષਿ ਮੁਨੀ ਜਿਹੜਾ ਬੜਾ ਤਪਸ਼ਵੀ ਸੀ ਤਾਕਤ ਵਾਲਾ ਸੀ ਉਹਦੇ ਕੋਲ ਇੱਕ ਚੂਹਾ ਰਹਿੰਦਾ ਸੀ ਪਰ ਬਿੱਲੀ ਤੋਂ ਡਰ ਇਹ ਬੜੀ ਪ੍ਰਸਿੱਧ ਹੈ ਥੋੜੇ ਜੀ ਤੁਸੀਂ ਹੱਸੋਗੇ ਵੀ ਪਰ ਇਹ ਲਿਖੀ ਹੋਈ ਆ ਸੱਚੀ ਲਿਖੀ ਆ ਕੋਈ ਕਿਸੇ ਨੇ ਕੋਲੋਂ ਨਹੀਂ ਬਣਾਈ ਬਿੱਲੀ ਤੋਂ ਬੜਾ ਚਾਲੂ ਸੀ ਉਹਨੂੰ ਤਪਸਵੀ ਨੂੰ ਤਰਸ ਆਇਆ ਕਹਿੰਦਾ ਮੈਂ ਤੇਰਾ ਡਰ ਕੱਢਣਾ ਡਰ ਤੈਨੂੰ ਨਿਰਭੋ ਕਰਨਾ ਵਾ ਭੈ ਤੋ ਰਹਿਤ ਕਰਨਾ ਉਹਨੇ ਚੋਕੇ ਉਹਨੂੰ ਬਿੱਲੀ ਬਣਾਦਾ ਚਲੋ ਹੁਣ ਬਿੱਲੀ ਦੇ ਨਾਲ ਤੇ ਸਾਂਝ ਪੈ ਗਈ ਹੁਣ ਬਿੱਲੀ ਨੇ ਬਿੱਲੀ ਤੋਂ ਕੀ ਡਰਨਾ ਪਰ ਮਾੜੀ ਕਿਸਮਤ ਨੂੰ ਪਿੰਡ ਦੇ ਕੁੱਤੇ ਵੱਡੀ ਜਾਨ ਖਾਨ ਹੁਣ ਉਹ ਕੁੱਤਿਆਂ ਤੋਂ ਡਰਨ ਲੱਗ ਪਿਆ ਕਮਾਲ ਦੀ ਗੱਲ ਹੈ ਚੂਹੇ ਤੋਂ ਬਿੱਲੀ ਹੋਇਆ ਬਿੱਲੀ ਦਾ ਡਰ ਲੈ ਗਿਆ ਪਰ ਹੁਣ ਕੁੱਤਿਆਂ ਦਾ ਪਿਆ ਤਪਸਵੀ ਨੇ ਫੇਰ ਉਤੇ ਕਿਰਪਾ ਕੀਤੀ ਉਹਨੂੰ ਕੁੱਤਾ ਬਣਾਪ ਚਲੋ ਕੁੱਤਿਆਂ ਦਾ ਡਰ ਮੁੱਕਿਆ ਹੁਣ ਚੀਤੇ ਦਾ ਡਰ ਪੈ ਗਿਆ ਹੁਣ ਸ਼ੇਰ ਦਾ ਡਰ ਪੈ ਗਿਆ ਤਾਂ ਗੱਲ ਇਹ ਹੈ ਉਹਨੇ ਕੀ ਕੀਤਾ ਤਪਸਵੀ ਨੇ ਉਹਨੂੰ ਫਿਰ ਉਹ ਚੀਤਾ ਬਣਾਤਾ ਚਲੋ ਮੈਂ ਬੇਨਤੀ ਕਰਾਂ ਸਮਾਂ ਸੰਖੇਪ ਜਾਇ ਇੱਕ ਘੰਟਾ ਕਥਾ ਦਾ ਰੱਖਿਆ ਹੈ ਹੁਣ ਉਹਨੂੰ ਕੀ ਦਾ ਡਰ ਹੈ ਚੂਹੇ ਦਾ ਤੇ ਡਰ ਹੀ ਨਹੀਂ ਹੋ ਸਕਦਾ ਬਿੱਲੀ ਦੀ ਉਹਦੇ ਸਾਹਮਣੇ ਕੀ ਹੈ ਕੁੱਤੇ ਉਹਦੇ ਸਾਹਮਣੇ ਕੀ ਪਰ ਹੁਣ ਉਹਨੂੰ ਸ਼ਿਕਾਰੀ ਦਾ ਡਰ ਹੁਣ ਉਹਨੂੰ ਗੋਲੀ ਦਾ ਡਰ ਹੁਣ ਉਹਨੂੰ ਜਾਲ ਦਾ ਡਰ ਹੈ ਤਾਂ ਜਿਹੜਾ ਤਪਸਵੀ ਸੀ ਉਹਨੇ ਹਥਿਆਰ ਛੱਡ ਦੇ ਉਹ ਕਹਿੰਦਾ ਮੈਂ ਤੇਰਾ ਡਰ ਨਹੀਂ ਕੱਢ ਸਕਦਾ ਕਿਸੇ ਨੇ ਪੁੱਛਿਆ ਕਿਉਂ ਕਹਿੰਦਾ ਦਿਲ ਤੇ ਫਿਰ ਚੂਹੇ ਵਾਲਾ ਹੀ ਰਿਹਾ ਨਾ ਦਿਲ ਤੇ ਫਿਰ ਉਹ ਰਹੇਗਾ ਆ ਬਾਹਰੋਂ ਸਰੀਰ ਜਿੰਨਾ ਮਰਜ਼ੀ ਬਦਲ ਜੇ ਬਾਹਰੋਂ ਕੱਪੜੇ ਬਦਲ ਲਈਏ ਹੁਣ ਡਰਾਮਾ ਕਰਨ ਵਾਲੇ ਬੰਦੇ ਜਦੋਂ ਡਰਾਮਾ ਕਰਦੇ ਨੇ ਤਾਂ ਸਿੱਖਾਂ ਦੇ ਕੱਪੜੇ ਪਾਉਂਦੇ ਨੇ ਖਾਲਸੇ ਦਾ ਬਾਣਾ ਪਾਉਂਦੇ ਨੇ ਪਰ ਕੀ ਉਹ ਖਾਲਸਾ ਬਣ ਸਕਦਾ ਜਿਹੜਾ ਲਿਖਿਆ ਗਿਆ ਗ੍ਰੰਥਾਂ ਦੇ ਵਿੱਚ ਦਸਵੇਂ ਪਾਤਸ਼ਾਹ ਨੇ ਵੀ ਤੇ ਇਹੀ ਸਮਝਾਇਆ ਸੀ ਨਾ ਵੀ ਖੋਤੇ ਉੱਤੇ ਸ਼ੇਰ ਦੀ ਖਲ ਪੈ ਗਈ ਪਰ ਦਿਲ ਤੇ ਉਹੀ ਰਿਹਾ ਨਾ ਭਾਵੇਂ ਕੱਪੜੇ ਛੇਰ ਦੇ ਤਾਂ ਬਾਹਰੋਂ ਸਰੀਰ ਬਦਲਣ ਦੇ ਨਾਲ ਮਨ ਬਦਲ ਜਾਊਗਾ ਸਰੀਰ বুਢਾ ਹੋ ਗਿਆ ਹਾਂ ਮੈਂ ਘਟ ਜੂਗੀ ਸਰੀਰ বুਢਾ ਹੋ ਗਿਆ ਕਾਮ ਕ੍ਰੋਧ ਘਟ ਜੂਗਾ ਸਤਿਗੁਰੂ ਕਹਿੰਦੇ ਇਹ ਨਹੀਂ ਘਟਦਾ ਇਹ ਤਾਂ ਜਿਵੇਂ ਜਿਵੇਂ ਸਗੋਂ ਸਰੀਰ ਕਮਜ਼ੋਰ ਹੁੰਦਾ ਨਾ ਇਹ ਓਨੇ ਬਲਵਾਨ ਹੁੰਦੇ ਨੇ ਓਨੀ ਤਾਕਤ ਫੜਦੇ ਨੇ ਓਨੀ ਇੰਨਾ ਚ ਅੱਗ ਲੱਗਦੀ ਉਹ ਵੱਖਰੀ ਗੱਲ ਹੈ ਇਹ ਬਾਅਦ ਚ ਸਰੀਰ ਸਾਥ ਨਹੀਂ ਦਿੰਦਾ ਇਸ ਕਰਕੇ ਪੁਛਤਾਉਂਦੇ ਜਿਵੇਂ ਜਿਵੇਂ ਉਮਰ ਵਧ ਵੱਧਦੀ ਹੈ ਹੁਣਾ ਕੀ ਚਾਹੀਦਾ ਸੀ ਤਿਵੇਂ ਤਿਵੇਂ ਵਾਹਿਗੁਰੂ ਪਰਮੇਸ਼ਰ ਨੂੰ ਮਿਲਦੀ ਉਤਕੰਠਾ ਪ੍ਰੇਮ ਵਧਣਾ ਚਾਹੀਦਾ ਹੁਣ ਨੇਤ ਨੇਮ ਤੇ ਆਪਾਂ ਸਾਰੇ ਹੀ ਕਰਦੇ ਆ ਪਰ ਜਿਵੇਂ ਥਰਮਾਮੀਟਰ ਦੇ ਨਾਲ ਬੁਖਾਰ ਚੈੱਕ ਕੀਤਾ ਜਾਂਦਾ ਹੈ ਇਦਾਂ ਨਿਤਨੇਮ ਕਰਨ ਤੋਂ ਬਾਅਦ ਕਿਸੇ ਨੇ ਆਪਣਾ ਸੰਤੋਖ ਚੈੱਕ ਕੀਤਾ ਵੀ ਅੱਜ ਨਿਤਨੇਮ ਕਰਕੇ ਮਨ ਕਿੰਨਾ ਕੁ ਸ਼ਾਂਤ ਹੋਇਆ ਜੇ ਨਹੀਂ ਸ਼ਾਂਤ ਹੋਇਆ ਤੇ ਫਿਰ ਨਿਤਨੇਮ ਦੇ ਵਿੱਚ ਇਤ ਨਹੀਂ ਕੋਈ ਕਸਰ ਤੇਰੇ ਕਰਨ ਦੇ ਵਿੱਚ ਕੋਈ ਕਸਰ ਹੋਵੇ ਇਹ ਚੈੱਕ ਕਰ ਲੈਣਾ ਚਾਹੀਦਾ ਵੀ ਜਿਵੇਂ ਜਿਵੇਂ ਉਮਰ ਵੱਧਦੀ ਆ ਸੰਤੋਸ਼ ਵੱਧ ਰਿਹਾ ਹੈ ਕਿ ਹੰਕਾਰ ਵੱਧ ਰਿਹਾ ਹੈ ਕਾਮ ਕ੍ਰੋਧ ਵੱਧ ਰਿਹਾ ਹੈ ਤਾਂ ਧਨ ਕਾਮਵਾਸ਼ਨਾ ਇਹਨਾਂ ਨੂੰ ਵੀ ਤਪਸਵੀ ਲੋਕ ਜਪੀ ਤਪੀ ਲੋਕ ਜਿੱਤ ਲੈਂਦੇ ਨੇ ਪਰ ਵਡਿਆਈ ਮਾਣ ਇਹ ਬਹੁਤੀ ਖਤਰਨਾਕ ਮੰਨੀ ਗਈ ਆ ਪੈਸੇ ਦੀ ਵਾਸ਼ਨਾ ਤੋਂ ਵੀ ਤੇ ਕਾਮ ਦੀ ਵਾਸ਼ਨਾ ਤੋਂ ਪਦਵੀ ਦੀ ਵਾਸ਼ਨਾ ਤੋਂ ਵੀ ਜਿਹੜੀ ਵਡਿਆਈ ਹੈ ਮਾਣ ਹੈ ਤਾਂ ਮਹਾਰਾਜ ਕਹਿੰਦੇ ਇਹ ਮਾਣ ਜਿਹੜਾ ਹੈ ਇਹ ਕਿਸੇ ਤੋਂ ਨਹੀਂ ਛੱਡਿਆ ਜਾਂਦਾ ਇਕੋ ਇੱਕ ਵਾਹਿਗੁਰੂ ਅਕਾਲ ਪੁਰਖ ਕਿਦਾਂ ਦਾ ਹੈ ਜਿਹੜਾ ਮਾਣ ਅਮਾਨ ਹੈ ਮਾਣ ਹੰਕਾਰ ਆਦਿਕ ਔਗਣਾ ਤੋਂ ਉਹ ਵਾਹਿਗੁਰੂ ਪਰਮੇਸ਼ਰ ਰਹਿਤ ਹੈ ਤੇ ਜਿਹੜੇ ਉਹਦੇ ਪਿਆਰੇ ਨੇ ਉਹਨਾਂ ਨੂੰ ਵੀ ਉਹ ਰਹਿਤ ਕਰ ਦਿੰਦਾ ਹੈ ਉਹਨਾਂ ਦੇ ਵੀ ਇਹ ਦੂਰ ਕਰ ਦਿੰਦਾ ਹੈ ਤਾਂ ਸਤਿਗੁਰੂ ਜੀ ਨੇ ਇੱਕ ਨਾਮ ਰੱਖਿਆ ਉਸ ਪਰਮੇਸ਼ਰ ਦਾ ਕਮਾਲ ਦਾ ਨਾਮ ਆ ਹਰ ਬੰਦਾ ਮਾਣ ਚ ਫਸਿਆ ਵਾ ਪਰ ਇੱਕ ਚੀਜ਼ ਆ ਜਿਹੜੀ ਮਾਣ ਤੋਂ ਰਹਿ ਤੋ ਕੀ ਵਾਹਿਗੁਰੂ ਪਰਮੇਸ਼ਰ ਆਮਾਨ ਜਿੱਥੇ ਮਾਣ ਨਹੀਂ ਹਉਮੈ ਨਹੀਂ ਹੰਕਾਰ ਨਹੀਂ ਸਤਿਗੁਰੂ ਕੀ ਕਹਿੰਦੇ ਜੈ ਨਰੰਜਨ ਨਰੰਕਾਰ ਨਿਰਵਾਣ ਤਹ ਕੌਣ ਕੋ ਮਾਣ ਕੌਣ ਅਪਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਿੱਦਰ ਲਗਤ ਕੋ ਕੀ ਜਾਂ ਮਾਣ ਦਾ ਅਰਥ ਹੁੰਦਾ ਮਿੰਤੀ ਗਿਣਤੀ ਵਾਹਿਗੁਰੂ ਦੇ ਕਾਰਜ ਕਿਸੇ ਗਿਣਤੀ ਮਿੰਤੀ ਦੇ ਮਥਾਜ ਨਹੀਂ ਉਹਦੇ ਕਾਰਜਾਂ ਦੀ ਉਹਦੇ ਕਾਰਾਂ ਦੀ ਗਿਣਤੀ ਨਹੀਂ ਹੋ ਸਕਦੀ ਤਾਂ ਸਤਿਗੁਰੂ ਕਹਿੰਦੇ ਹੈ ਵਾਹਿਗੁਰੂ ਪਰਮੇਸ਼ਰ ਜੀ ਤੂੰ ਮਾਣ ਤੋਂ ਗਿਣਤੀ ਮਿੰਤੀ ਬਾਪ ਤੋਂ ਰਹਿਤ ਹੈ ਨਿਧਾਨ ਹੈ ਹੈ ਵਾਹਿਗੁਰੂ ਪਰਮੇਸ਼ਰ ਜੀ ਤੂੰ ਸਾਰੇ ਹੀ ਗੁਣਾ ਦਾ ਨਿਧਾਨ ਖਜ਼ਾਨਾ ਹੈ ਸਾਰੇ ਗੁਨਾ ਦਾ ਖਜ਼ਾਨਾ ਆਪ ਹੀ ਹੋ ਅਨੇਕ ਹੈ ਫਿਰ ਏਕ ਹੈ ਏ ਅਕਾਲ ਪੁਰਖ ਜੀ ਤੁਸੀਂ ਸੰਸਾਰ ਦੀ ਰਚਨਾ ਕਾਲ ਵਿੱਚ ਅਨੇਕ ਰੂਪ ਹੋ ਰਹੇ ਜਦੋਂ ਤੇ ਸੰਸਾਰ ਬਣਦਾ ਫਿਰ ਅਨੇਕ ਰੂਪ ਜਿਵੇਂ ਸਤਿਗੁਰੂ ਕਹਿੰਦੇ ਰੰਗੀ ਰੰਗੀ ਭਾਤੀ ਕਰ ਕਰ ਜਿੰਸੀ ਮਾਇਆ ਜਿੰਨੋ ਪਾਇ ਅਨੇਕ ਆ ਰੂਪ ਨੇ ਫਿਰ ਏਕ ਹੈ ਪਰ ਜਦੋਂ ਪਰਲੈ ਕਾਲ ਜਦੋਂ ਸ੍ਰਿਸ਼ਟੀ ਖਤਮ ਹੁੰਦੀ ਆ ਤਾਂ ਇਹ ਅਨੇਕਾਂ ਰੂਪ ਜਿਹੜੇ ਸੀ ਉਹ ਇੱਕ ਰੂਪ ਦੇ ਵਿੱਚ ਸਮਾ ਜਾਂਦੇ ਨੇ ਇੱਕ ਵਾਹਿਗੁਰੂ ਦੇ ਵਿੱਚ ਲੀਨ ਹੋ ਜਾਂਦੇ ਨੇ ਤਾਂ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਚਾਚਰੀ ਛੰਤੀ ਸਮਾਪਤੀ ਕਰਦੇ ਜਦੋਂ ਭੁਜੰਗ ਪ੍ਰਯਾਤ ਛੰਦ ਦੁਆਰਾ ਉਸਤਤ ਕੀਤੀ ਛਪੈ ਛੰਦ ਦੁਆਰਾ ਉਸਤਤ ਕੀਤੀ ਚਾਚਰੀ ਛੰਦ ਦੁਆਰਾ ਉਸਤਤ ਕੀਤੀ ਤਾਂ ਐਸੀ ਪ੍ਰੇਮ ਦੀ ਭਿੰਨੀ ਸਨਿਗਤ ਅਵਸਥਾ ਵਿੱਚ ਮਹਾਰਾਜ ਪਹੁੰਚੇ ਕਿ ਉਹ ਉਸਤਤ ਉਹ ਰਾਸ ਕਹਿਣ ਕਥਨ ਤੋਂ ਬਾਹਰ ਸੀ ਇਸ ਕਰਕੇ ਮਨ ਕਰੇ ਕਿ ਉਸ ਵਾਹਿਗੁਰੂ ਦੀ ਉਸਤਤ ਕਰੀ ਜਾਵਾਂ ਕਰੀ ਜਾਵਾਂ ਤਾਂ ਫਿਰ ਰਾਸ ਦੇ ਵਿੱਚ ਭਿੱਜ ਕੇ ਭੁਜੰਗ ਪ੍ਰਯਾਤ ਛੰਦ ਵਿੱਚ ਉਸਤਤ ਕਰਦੇ ਤੇ ਕੀ ਕਿਰਪਾ ਕਰਦੇ ਨੇ ਨਮਸਕਾਰ ਰੂਪ ਕੀਰਤੀ ਉਚਾਰਨ ਕਰਦੇ ਕੀ ਕਹਿੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਭੁਜੰਗ ਪ੍ਰਯਾਤ ਛੰਦ ਨਮੋ ਸਰਬਮਾਨੇ ਸਮਸਤੀ ਨਿਧਾਨੇ ਏ ਹਕਾਲਪੁਰਖ ਜੀ ਤੈਨੂੰ ਸਾਰੇ ਹੀ ਮਾਨੇ ਮੰਨਦੇ ਆ ਮੰਨਣਾ ਮੈਨੇ ਪੂਜਣਾ ਨਮੋ ਤੈਨੂੰ ਮੇਰੀ ਨਮਸਕਾਰ ਹੈ ਜਿਹਨੂੰ ਸਰਬਮਾਨੇ ਸਾਰੇ ਮੰਨਦੇ ਨੇ ਪੂਜਦੇ ਨੇ ਹੁਣ ਬੰਦੇ ਦਾ ਸੁਭਾਅ ਪਤਾ ਕੀ ਆ ਕੁਦਰਤੀ ਕਿਸੇ ਨੇ ਨਹੀਂ ਬਣਾਇਆ ਇਹ ਕਿਸੇ ਦੀ ਪੂਜਾ ਕਰਦਾ ਦੋ ਰੂਪ ਮੰਨੇ ਗਏ ਨੇ ਕਿਸੇ ਨੂੰ ਤੇ ਇਹ ਦੇਵਤਾ ਮੰਨ ਕੇ ਪੂਜਦਾ ਹੈ ਤੇ ਜਿਹੜੇ ਦੇਵਤਾ ਮੰਨ ਕੇ ਨਹੀਂ ਨਾ ਪੂਜਦੇ ਆਪਦੇ ਆਪ ਨੂੰ ਨਾਸਤਿਕ ਕਹਿੰਦੇ ਆ ਉਹ ਬੰਦਾ ਮੰਨ ਕੇ ਪੂਜਦੇ ਆ ਵੀ ਆ ਫਲਾਣੇ ਬੰਦੇ ਨੂੰ ਮੈਂ ਫੋਲੋ ਕਰਦਾ ਪੂਜਦੇ ਸਾਰੇ ਇਹਦੇ ਸੁਭਾਅ ਦੇ ਵਿੱਚ ਹੁਣ ਜਿਨ੍ਹਾਂ ਨੂੰ ਦੇਵਕਤਾ ਮੰਨ ਕੇ ਪੂਜਦਾ ਹੈ ਉਹਨਾਂ ਨੂੰ ਇਹ ਆਪਣੇ ਤੋਂ ਵੱਖਰਾ ਆਮ ਮਾਨਵ ਸਮਝਦਾ ਹੈ ਵੀ ਇਹ ਅਵਤਾਰੀ ਆ ਉੱਪਰਲੇ ਗ੍ਰਹਿ ਦੇ ਆ ਇਹ ਵਿਸ਼ੇਸ਼ ਤਾਕਤਾਂ ਵਾਲੇ ਆ ਤੇ ਜਿਹਨੂੰ ਇਹ ਮਨੁੱਖ ਸਮਝ ਕੇ ਪੂਜਦਾ ਹੈ ਉਹ ਜਾਂ ਫਿਰ ਕਹੂਗਾ ਵੀ ਮੇਰਾ ਪਿਤਾ ਉਹਨੇ ਬੜੀ ਮਿਹਨਤ ਕੀਤੀ ਮੈਨੂੰ ਪੜਾਉਣ ਤੇ ਮੇਰਾ ਪਿਓ ਮੇਰਾ ਬਜ਼ੁਰਗੋ ਮੇਰਾ ਆਦਰਸ਼ ਜਾਂ ਫਲਾਨਾ ਬੰਦਾ ਜਿਹੜਾ ਵਾ ਮੈਂ ਉਹਨੂੰ ਫਾਲੋ ਕਰਦਾ ਵਾਂ ਉਹ ਮੈਨੂੰ ਬਹੁਤ ਚੰਗਾ ਲੱਗਦਾ ਤਾਂ ਪੂਜਣਾ ਇਹਨੇ ਕਿਸੇ ਨੂੰ ਹੈ ਹੀ ਮੰਨਣਾ ਕਿਸੇ ਨੂੰ ਹੈ ਆ ਭਾਵੇਂ ਕਿਸੇ ਬੰਦੇ ਨੂੰ ਮੰਨੇ ਤੇ ਜਾਂ ਫਿਰ ਕਿਸੇ ਉਸ ਤਾਕਤ ਨੂੰ ਮੰਨੇ ਜਿਹੜੀ ਬੰਦਿਆਂ ਨਾਲੋਂ ਉੱਚੀ ਹੁਣ ਤੁਸੀਂ ਹਰਾਨ ਹੋਵੋਗੇ ਇੱਥੇ ਸਵਾਲ ਪੈਦਾ ਹੋ ਸਕਦਾ ਹੈ ਵੀ ਜਿਨ੍ਹਾਂ ਨੂੰ ਇਹ ਪੂਜਦਾ ਹੈ ਵੱਡੀਆਂ ਤਾਕਤਾਂ ਸਮਝ ਕੇ ਆਏ ਤੇ ਉਹ ਵੀ ਬੰਦੇ ਦੇ ਸਰੀਰ 'ਚ ਹੀ ਆ ਪਰ ਉਹਨਾਂ ਦੇ ਨਾਲ ਕੁਝ ਐਸੇ ਚਮਤਕਾਰ ਜੁੜੇ ਆ ਜਿਹੜੇ ਆਮ ਬੰਦਾ ਨਹੀਂ ਕਰ ਸਕਦਾ ਇਹ ਕੋਈ ਇਤਿਹਾਸ ਲਿਖਣ ਦਾ ਤਰੀਕਾ ਸਮਝ ਲਓ ਕਿ ਲੋਕ ਚੇਤੇ ਹੀ ਚਮਤਕਾਰ ਨੂੰ ਰੱਖਦੇ ਉਹਦੇ ਬਿਨਾ ਕਿਸੇ ਨੂੰ ਕੋਈ ਚੇਤਾ ਹੀ ਨਹੀਂ ਰਹਿੰਦਾ ਹੈ ਭਗਵਾਨ ਕ੍ਰਿਸ਼ਨ ਆਏ ਤਾਂ ਬੰਦੇ ਦੇ ਸਰੀਰ 'ਚ ਹੀ ਨੇ ਦੋ ਅੱਖਾਂ ਸੀ ਦੋ ਬਾਹਾਂ ਸੀ ਦੋ ਲੱਤਾਂ ਸੀ ਕੋਈ ਵੱਧ ਘੱਟ ਕੁਝ ਨਹੀਂ ਲੈ ਕੇ ਆਇਆ ਪਰ ਭਗਵਾਨ ਕ੍ਰਿਸ਼ਨ ਦੀ ਇੱਕ ਵੀ ਗੱਲ ਕੋਈ ਦੱਸ ਸਕਦਾ ਜਿਹੜੀ ਚਮਤਕਾਰ ਨਾਲ ਨਾ ਜੁੜੀ ਹੋਵੇ ਵੀ ਇੱਕ ਸਾਧਾਰਨ ਮਨੁੱਖ ਦੇ ਤੌਰ ਤੇ ਉਹਨਾਂ ਨੇ ਕੀ ਕੀਤਾ ਇੱਕ ਸਾਖੀ ਸਾਰਿਆਂ ਨੂੰ ਚੇਤੇ ਹੋਗੀ ਵੀ ਚੀਚੀ ਤੇ ਪਾੜ ਚੁੱਕਿਆ ਗਵਰਦਨ ਉਹ ਸਭ ਨੂੰ ਪਤਾ ਹੁਣ ਭਗਵਾਨ ਕ੍ਰਿਸ਼ਨ ਜੀ ਦੇ ਨਾਲ ਚੀਚੀ ਤੇ ਪਹਾੜ ਚੁੱਕਣਾ ਜੁੜਿਆ ਇਸ ਕਰਕੇ ਸਭ ਨੂੰ ਚੇਤੇ ਆ। ਰਾਮ ਜੀ ਨੇ ਕੀ ਕੀਤਾ ਆਏ ਉਹ ਵੀ ਬੰਦੇ ਦੇ ਸਰੀਰ 'ਚ ਹੀ ਆ। ਉਹਨਾਂ ਨੇ ਇੱਕ ਪੱਥਰ ਦੀ ਸਿਲਾ ਪੱਥਰ ਪਿਆ ਹੋਵੇ ਉਹ ਤੋਂ ਔਰਤ ਬਣਾਈ। ਉਹਦਾ ਸ਼ਰਾਬ ਕਟਿਆ ਜੇ ਸੌਖੇ ਸ਼ਬਦਾਂ 'ਚ ਕਹਾਂ ਪੱਥਰ ਤੋਂ ਔਰਤ ਬਣਾਤੀ ਆ ਫੜ। ਆ ਹਿੱਲਿਆ ਦਾ ਪ੍ਰਸੰਗ ਬੜਾ ਪ੍ਰਸਿੱਧ ਹੈ ਇਸ ਤਰ੍ਹਾਂ ਹਰੇਕ ਮਹਾਪੁਰਸ਼ ਦੇ ਨਾਲ ਕੁਝ ਨਾ ਕੁਝ ਜੁੜਿਆ ਆਏ ਸਾਰੇ ਬੰਦੇ ਦੇ શરીਰ 'ਚ ਪਰ ਕੁਝ ਕੰਮ ਇਤਾਂ ਦੇ ਜੁੜੇ ਆ ਜਿਹੜੇ ਆਮ ਬੰਦਾ ਨਹੀਂ ਕਰ ਸਕਦਾ ਇਸ ਕਰਕੇ ਉਹਨਾਂ ਨੂੰ ਅਮਾਨਵੀ ਇਹ ਮੰਨਿਆ ਜਾਂਦਾ ਹੈ ਕਿ ਹੋਰ ਨੇ ਹੋਰ ਕਿਸੇ ਥਾਂ ਤੋਂ ਆਏ ਨੇ ਬੰਦਿਆਂ ਜਿਉਂ ਨਹੀਂ ਆਏ ਕਿਉਂ ਬੰਦਿਆਂ ਜਿਉਂ ਆਏ ਹੁੰਦੇ ਤੇ ਬੰਦਿਆਂ ਵਰਗੇ ਕੰਮ ਕਰਦੇ ਫਿਰ ਉਹ ਕੰਮ ਕੀਤੇ ਜਿਹੜੇ ਬੰਦੇ ਕੀ ਮਸ਼ੀਨਾਂ ਨਹੀਂ ਕਰ ਸਕਦੀਆਂ ਅੱਜ ਕੱਲ੍ਹ ਹੁਣ ਸਾਇੰਸ ਨੂੰ ਪਤਾ ਤੇ ਲੱਗ ਗਿਆ ਵੀ ਲਹੂ ਕਿੱਦਾਂ ਬਣਦਾ ਵਾ ਪਰ ਬਣਾਉਣਾ ਤੇ ਨਹੀਂ ਨਾ ਆਇਆ ਨਗਲੀ ਕੋਖ ਤੇ ਬਣਾ ਲਈ ਇਹ ਬੱਚਾ ਕਿਤਾ ਜੰਮਦਾ ਵਾ ਪਰ ਪਿਓ ਦਾ ਵੀਰਜਤ ਨਹੀਂ ਨਾ ਬਣਾਉਣਾ ਆਇਆ ਅਜੇ ਕਿਸੇ ਚ ਚਲੋ ਹੋ ਸਕਦਾ ਕੱਲ ਨੂੰ ਆ ਵੀ ਜਾਵੇ ਕਾਪੀ ਕਰਨੀ ਪਰ ਇੱਥੇ ਜੋ ਗੱਲ ਕਰਨ ਜਾ ਰਿਹਾ ਆ ਵਾ ਹਰੇਕ ਮਹਾਤਮਾ ਮਹਾਂਪੁਰਸ਼ ਨਾਲ ਇਹੋ ਜੀ ਗੱਲ ਜੁੜੀ ਹੋਈ ਜਿਹੜੇ ਉਹਨੂੰ ਜਾਂ ਇਹ ਤਰੀਕਾ ਕਹਿ ਲਓ ਉਹਨੂੰ ਯਾਦ ਰੱਖਿਆ ਜਾਵੇ ਕਿਸੇ ਤਰ੍ਹਾਂ ਆਉਣ ਵਾਲੀਆਂ ਪੀੜ੍ਹੀਆਂ 'ਚ ਕੋਈ ਤਾਂ ਜਿਵੇਂ ਹਜ਼ਰਤ ঈਸਾ ਸਾਹਿਬ ਉਹ ਕਹਿੰਦੇ ਮਰਨ ਤੋਂ ਬਾਅਦ ਜਿਉਂਦੇ ਹੋਗੇ ਤੇ ਜੇ ਬੰਦਾ ਪੁੱਛੇ ਸੰਤ ਮਰਦਾ ਹੀ ਕਦੋਂ ਆ ਨਾ ਉਹ ਮਰਨ ਨਾ ਉਹ ਹੀ ਮਰੇ ਨਾ ਠਾਗੇ ਜਾਏ ਜਿਨਕਾ ਰਾਮ ਵਸੇ ਮਨ ਉਹ ਮਰੇ ਕਦੋਂ ਸੀ ਪਰ ਉਹਨਾਂ ਨਾਲ ਕੀ ਜੁੜਿਆ ਕਿ ਉਹ ਮਰਨ ਤੋਂ ਬਾਅਦ ਜਿਉਂਦੇ ਹੋਗੇ ਏਵੇਂ ਸ੍ਰੀ ਰਾਮ ਸ੍ਰੀ ਕ੍ਰਿਸ਼ਨ ਮਹਾਤਮਾ ਬੁੱਧ ਨੇ ਮਹਾਵੀਰ ਨੇ ਈਸ਼ਾ ਮਸੀਹ ਨੇ ਮੁਹੰਮਦ ਸਾਹਿਬ ਨੇ ਇਦਾਂ ਹਰੇਕ ਦੇ ਨਾਲ ਕੁਝ ਨਾ ਕੁਝ ਐਸਾ ਜੁੜਿਆ ਹੋਇਆ ਅੱਛਾ ਪਰ ਜੀ ਇਹਨਾਂ ਦੇ ਵਿੱਚੋਂ ਇਹ ਗੱਲਾਂ ਕੱਢ ਦਈਏ ਫੇਰ ਕੁਝ ਲਿਖਣ ਵਾਲਾ ਬਚੇਗਾ ਜਿਹੜਾ ਬਿਨਾ ਕਰਮਾਤ ਤੋਂ ਬਿਨਾ ਚਮਤਕਾਰ ਇਹਨਾਂ ਦੇ ਕਰਾਮਾਤਾਂ ਚਮਤਕਾਰਾਂ ਪਾਸੇ ਰੱਖ ਦੋ ਸਾਰੇ ਫਿਰ ਕੋ ਬਚੂਗਾ ਜੀਵਨ ਤਾਂ ਕਈ ਸੱਜਣ ਕਹਿਣਗੇ ਫਿਰ ਲਿਖਣਾ ਕੀ ਆ ਸਵਾ ਫਿਰ ਤੇ ਕੋਈ ਗੱਲ ਹੀ ਨਹੀਂ ਪਰ ਨਹੀਂ ਕਾਲੀ ਯੁਗ ਦੇ ਵਿੱਚ ਐਸੇ ਅਵਤਾਰੀ ਪੁਰਸ਼ ਹੋਏ ਨੇ ਉਹ ਕੌਣ ਧੰਨ ਗੁਰੂ ਨਾਨਕ ਦੇਵ ਸਾਹਿਬ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਸਾਧਾਰਨ ਮਨੁੱਖ ਦੇ ਤੌਰ ਤੇ ਜ਼ਿੰਦਗੀ ਜਿਉਂਦੇ ਰਹੇ ਤੇ ਐਸੇ ਕਰਤੱਬ ਕਰਕੇ ਦਿਖਾਏ ਸੰਸਾਰ ਦੇ ਵਿੱਚ ਜਿਨ੍ਹਾਂ ਵਿੱਚ ਕੋਈ ਚਮਤਕਾਰ ਨਹੀਂ ਸੀ ਜੇ ਸੈਭ ਜਾਦੇ ਸ਼ਹੀਦ ਹੁੰਦੇ ਨੇ ਤਾਂ ਉੱਥੇ ਕੋਈ ਚਮਤਕਾਰ ਨਹੀਂ ਦਿਖਾਇਆ ਜਾ ਰਿਹਾ ਹੱਥੋਂ ਹੱਥੀ ਲੜਾਈ ਹੋ ਰਹੀ ਪਰ ਇਹ ਵੀ ਕੋਈ ਆਪਣੇ ਆਪ 'ਚ ਚਮਤਕਾਰ ਤੋਂ ਘੱਟ ਨਹੀਂ ਵੀ ਏਡੀ ਛੋਟੀ ਉਮਰ 'ਚ 10 ਲੱਖ ਦੇ ਕੱਠੇ 'ਚ ਵੱਡ ਜਾਣਾ ਜਾ ਕੇ ਜੇ ਸਰਸਾ ਨਦੀ ਦੇ ਵਿੱਚ ਸਿੰਘ ਡੋਬ ਰਹੇ ਨੇ ਤੇ ਇੱਥੇ ਹੁਣ ਮਹਾਰਾਜ ਚਮਤਕਾਰ ਨਹੀਂ ਦਿਖਾ ਰਹੇ ਵੀ ਉਹ ਪਾਣੀ ਤੇ ਘੋੜਾ ਲਈ ਜਾਂਦੇ ਨੇ ਆਪ ਵੀ ਨਾਲ ਹੀ ਜਾਂਦੇ ਆ ਪਾਣੀ ਦੇ ਵਿੱਚ ਜਿੱਥੇ ਆਪ ਜਾ ਰਹੇ ਨੇ ਉੱਥੇ ਪਰਿਵਾਰ ਵੀ ਉਸੇ ਪਾਣੀ 'ਚ ਵਹੇ ਇੱਕੋ ਇੱਕ ਗੁਰੂ ਨਾਨਕ ਦੇਵ ਸਾਹਿਬ 10 ਪਾਤਸ਼ਾਹੀਆਂ ਇਦਾਂ ਦੇ ਨੇ ਜੇ ਇਹਨਾਂ ਦੇ ਜੀਵਨ ਦੇ ਵਿੱਚੋਂ ਤੁਸੀਂ ਇੱਕ ਆਮ ਮਨੁੱਖ ਕਿੱਦਾਂ ਜ਼ਿੰਦਗੀ ਬਤੀਤ ਕਰਦਾ ਬਿਨਾਂ ਕਰਾਮਾਤ ਤੋਂ ਬਾਣਾ ਕਿਦਾਂ ਮੰਦਾ ਧੰਨ ਗੁਰੂ ਅਰਜਨ ਦੇਵ ਸਾਹਿਬ ਜੇ ਲੋਹ ਸਾਰੀ ਦੁਨੀਆ ਨੂੰ ਸਾੜਦੀ ਪਈਆ ਤੇ ਪੰਜਵੇਂ ਪਾਤਸ਼ਾਹ ਦੇ ਸਰੀਰ ਨੂੰ ਵੀ ਸਾੜਦੀ ਪਈਆ ਤੇ ਰੇਤਾ ਨਾਲ ਛਾਲੇ ਪੈਰ ਆ ਇੱਕੋ ਇੱਕ ਗੁਰੂ ਸਾਹਿਬ ਦਾ ਜੀਵਨ ਕਿਦਾਂ ਦਾ ਹੈ ਜਿਹੜੇ ਏਡੇ ਵੱਡੇ ਵਾਹਿਗੁਰੂ ਪਰਮੇਸ਼ਰ ਦੇ ਅਵਤਾਰ ਹੋਣ ਤੇ ਵੀ ਭਾਣੇ ਨੂੰ ਮਿੱਠਾ ਕਰਕੇ ਮਾਦੇ ਤਾਂ ਇਸ ਕਰਕੇ ਮਹਾਰਾਜ ਕੀ ਕਹਿੰਦੇ ਆ ਪਹਿਲਾ ਅਰਥ ਕੀ ਆ ਨਮੋ ਸਰਬ ਮਾਨੇ ਹੈ ਵਾਹਿਗੁਰੂ ਤੈਨੂੰ ਸਾਰੇ ਮੰਨਦੇ ਆ ਨਮਸਕਾਰ ਦੂਸਰਾ ਗੁਰੂ ਸਾਹਿਬ ਕਿਦਾਂ ਦੇ ਨੇ ਇਹਨਾਂ ਨੂੰ ਸਾਰੀ ਦੁਨੀਆ ਮੰਦੀ ਜਿਹੜੇ ਨਹੀਂ ਮੰਨਦੇ ਉਹਨਾਂ ਨੂੰ ਪਤਾ ਹੀ ਨਹੀਂ ਅਜੇ ਜਿੱਦਣ ਪਤਾ ਲੱਗ ਗਿਆ ਮੰਨਣਾ ਉਹਨਾਂ ਨੇ ਵੀ ਆ ਕਿਉਂ ਉਪਦੇਸ਼ ਹੀ ਇਦਾਂ ਦੇ ਸਾਂਝੇ ਚਲੋ ਵਿਸਥਾਰ ਜ਼ਿਆਦਾ ਹੋਈ ਜਾ ਰਿਹਾ ਹੈ ਸਮਾਂ ਵੀ 5-7 ਮਿੰਟ ਰਹਿ ਗਏ ਨੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਉਪਦੇਸ਼ਾਂ ਵਿੱਚ ਇੱਕ ਕਮਾਲ ਦੀ ਗੱਲ ਆਉਂਦੀ ਆ ਨਾਨਕ ਸਤਗੁਰ ਐਸਾ ਜਾਣੀਏ ਜੋ ਸਭ ਸਹਿ ਲਏ ਮਲਾਏ ਜੀਓ ਮਹਾਰਾਜ ਨੂੰ ਪੁੱਛਿਆ ਗੁਰੂ ਕਿਦਾਂ ਦਾ ਸਤਿਗੁਰੂ ਕਹਿੰਦੇ ਗੁਰੂ ਇਦਾਂ ਦਾ ਹੁੰਦਾ ਜਿਹੜਾ ਸਾਰਿਆਂ ਨੂੰ ਉਪਦੇਸ਼ ਦੇਵੇ ਸਾਰਿਆਂ ਨੂੰ ਨਾਲ ਲੈ ਕੇ ਚੱਲੇ ਸਾਰਿਆਂ ਨੂੰ ਏਕਤਾ 'ਚ ਪਰੋਵੇ ਅਜੇ ਤੱਕ ਗੁਰੂ ਇਦਾਂ ਦਾ ਨਹੀਂ ਕੋਈ ਦੱਸ ਸਕਿਆ ਹਰੇਕ ਦੀ ਆਪੋ ਆਪਣੀ ਵੱਖਰੀ ਸੰਪਰਦਾਵਾ ਆਪਣੀ ਵੱਖਰੀ ਸ਼ਾਖਾਵਾ ਪਰ ਸਾਂਝਾ ਉਪਦੇਸ਼ ਨਹੀਂ ਸ਼੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਦਾ ਬਚਨ ਸੁਣਿਆ ਕਿ ਪ੍ਰਚਾਰ ਕਰਨ ਦਾ ਅਥਾ ਜੋਸ਼ ਸ਼ੀਸ਼ੇ ਜਗਾ 8-8 ਜਗਾ ਵੀ ਉਹ ਕਥਾ ਕਰ ਦਿੰਦੇ ਸੀ। ਨਗਰ ਕੀਰਤਨ 'ਚ ਜਿਉਂ ਟਰੱਕ ਤੇ ਖਲੋਤੇ ਸਪੀਕਰ ਲੈ ਕੇ ਸਵੇਰ ਦੇ ਚੜ੍ਹੇ ਤਕਾਲਾਂ ਤੱਕ ਪ੍ਰਚਾਰ ਕਰਦੇ। ਫਿਰ ਉਤਰਦੇ। ਉਹ ਕੁੰਬ ਤੇ ਗੁਰਮਤਿ ਦਾ ਪ੍ਰਚਾਰ ਕਰਨ ਵਾਸਤੇ ਕੁੰਬ ਤੇ ਹਰਦوار ਕਈ ਥਾਵਾਂ ਤੇ ਧਾਰਮਿਕ ਕੇਂਦਰ ਬੜੇ ਨੇ ਜਿਨ੍ਹਾਂ ਨੂੰ ਨਿਰਮਲੇ ਸੰਤ ਉਦਾਸੀ ਸੰਤ ਚਲਾਉਂਦੇ। ਆਪਦੇ ਘਰ ਤੇ ਸਾਰੇ ਆਪਦੀਆਂ ਗੱਲਾਂ ਸੁਣਾ ਦਿੰਦੇ ਦੂਜੇ ਚ ਜਾ ਕੇ ਸੁਣਾਉਣ ਤੇ ਪਤਾ ਲੱਗੂਗਾ ਜਦੋਂ ਉਹਨਾਂ ਨੇ ਸਵਾਲ ਕੀਤੇ ਸੰਤ ਮਹਾਰਾਜ ਗਏ ਉਥੇ ਸੰਤਾਂ ਨੇ ਇੱਕ ਬਚਨ ਕੀਤਾ ਸੰਤ ਕਹਿੰਦੇ ਬਾਕੀ ਸਾਰੇ ਗੁਰੂ ਪਰ ਗੁਰੂ ਨਾਨਕ ਦੇਵ ਸਾਹਿਬ ਜਗਤ ਗੁਰੂ ਜਗਤ ਗੁਰੂ ਲਿਖਾ ਲੈਂਦੇ ਸਾਰੇ ਪਰ ਜਗਤ ਗੁਰੂ ਹੈ ਨਹੀਂ ਬਾਕੀ ਸਾਰੇ ਗੁਰੂ ਪਰ ਗੁਰੂ ਨਾਨਕ ਦੇਵ ਸਾਹਿਬ ਜਗਤ ਗੁਰੂ ਕਿਉਂ ਜੇ ਜੋਗੀ ਆਇਆ ਤੇ ਉਹਨੂੰ ਉਪਦੇਸ਼ ਦਿੱਤਾ ਜੇ ਪਾਂਧਾ ਆਇਆ ਤੇ ਉਹਨੂੰ ਉਪਦੇਸ਼ ਦਿੱਤਾ ਜੇ ਮੌਲਵੀ ਆਇਆ ਤੇ ਉਹਨੂੰ ਉਪਦੇਸ਼ ਦਿੱਤਾ ਜੇ ਕੋਈ ਸਨਿਆਰ ਜਾਂ ਆਦਾ ਆ ਗਿਆ ਤੇ ਉਹਨੂੰ ਉਪਦੇਸ਼ ਦਿੱਤਾ ਜੱਤ ਪਹਾਰਾ ਧੀਰਜ ਸਨਿਆਰ ਜੇ ਕੋਈ ਜ਼ਿਮੀਂਦਾਰ ਆ ਗਿਆ ਤੇ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਹੁਣ ਦੇਖੋ ਮਹਾਰਾਜ ਨੇ ਇਹ ਨਹੀਂ ਕਿਹਾ ਵੀ ਅਸੀਂ ਗੁਰੂ ਹੋਣੇ ਚਾਹੀਦੇ ਹਾਂ ਮਹਾਰਾਜ ਕਹਿੰਦੇ ਨਾਨਕ ਸਤਗੁਰ ਐਸਾ ਜਾਣੀਐ ਜੋ ਸਭ ਸੇ ਲੈ ਮਲਾਇ ਜਿਹੜਾ ਸਾਰਿਆਂ ਨੂੰ ਲੈ ਕੇ ਤੁਰੇ ਗੁਰੂ ਤੇ ਉਹ ਹੈ ਫਿਰ ਕਮਾਲ ਦੀ ਗੱਲ ਜਦੋਂ ਪ੍ਰਚਾਰ ਤੇ ਤੁਰਨ ਲੱਗੇ ਤੇ ਕੀ ਆਖਿਆ ਨਾ ਕੋ ਹਿੰਦੂ ਨਾ ਮੁਸਲਮਾਨ ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ ਆ ਸਾਰੇ ਇਨਸਾਨ ਨੇ ਤੇ ਇਨਸਾਨੀਅਤ ਕੋਈ ਵੀ ਨਹੀਂ ਵੰਡ ਸਕਦਾ ਫਿਰ ਕਮਾਲ ਦੀ ਗੱਲ ਹੈ ਏਕਤਾ ਪੈਦਾ ਕਰਨ ਵਾਸਤੇ ਕੀ ਆਖਿਆ ਉੱਚੀਆਂ ਜਾਤੀਆਂ ਵਾਲਿਆਂ ਨੂੰ ਵੀ ਆਪਣਾ ਮਾਣ ਛੱਡੋ ਤੇ ਨੀਵਿਆਂ ਨੂੰ ਚੁੱਕਿਆ ਨੀਚਾ ਅੰਦਰ ਨੀਚ ਜਾ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਕਿਉ ਸੋ ਕਿਆ ਰੀਸ ਉਦਾਹਰਨਾ ਬੜੀਆਂ ਨੇ ਪਰ ਸੰਖੇਪ ਜੀ ਧੰਗ ਗੁਰੂ RAMDAS SAHAB MAHARAJ ਉਹਨਾਂ ਨੂੰ ਪੁੱਛਿਆ ਗਿਆ ਕਿ ਸੱਚੇ ਪਾਤਸ਼ਾਹ ਜਿਹੜਾ ਤੁਹਾਡਾ ਉਪਦੇਸ਼ ਆ ਕਿਹਦੇ ਵਾਸਤੇ ਹੈ ਤੇ ਉਹਨਾਂ ਨੇ ਕੀ ਆਖਿਆ ਖੱਤਰੀ ਬ੍ਰਾਹਮਣ ਸੂਦ ਵੈਸ ਕੋ ਜਪੇ ਹਰ ਮੰਤਰ ਚ ਪਹਿਲੀ ਖੱਤਰੀ ਬ੍ਰਾਹਮਣ ਸੂਦ ਵੈਸ ਕੋਈ ਵੀ ਰੱਬ ਦਾ ਨਾਮ ਜਪ ਲਵੇ ਉਦਾਹਰਣ ਦੇ ਤੌਰ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਕਿਸੇ ਇੱਕ ਮਹਾਤਮਾ ਦੀ ਬਾਣੀ ਨਹੀਂ ਇੱਕ ਮਹਾਂਪੁਰਸ਼ ਦੀ ਬਾਣੀ ਨਹੀਂ ਹਰ ਜਾਤ ਪਾਤ ਦੇ ਸਾਧੂ ਸੰਤ ਦੀ ਬਾਣੀ ਹੈ ਫਿਰ ਕਿੱਡੀ ਵੱਡੀ ਏਕਤਾ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਫਿਰ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ ਤੇ ਕਮਾਲ ਦੀ ਗੱਲ ਜਦੋਂ ਪੁੱਛਿਆ ਵੀ ਗੁਰੂ ਗ੍ਰੰਥ ਸਾਹਿਬ ਰੂਪੀ ਜਿਹੜਾ ਆਤਮਕ ਥਾਲਾ ਜਿਹਦੇ ਵਿੱਚ ਨਾਮ ਆਤਮਾ ਦੀ ਵਿਚਾਰ ਰੂਪੀ ਸ਼ੁੱਧ ਭੋਜਨ ਪਏ ਨੇ ਇਹਨੂੰ ਕੌਣ ਵਰਤ ਸਕਦਾ ਹੈ ਤਾਂ ਮਹਾਰਾਜ ਨੇ ਆਖਿਆ ਜੇ ਕੋ ਖਾਵੇ ਇਥੇ ਕੋ ਸ਼ਬਦ ਵਰਤਿਆ ਇਥੇ ਨਹੀਂ ਲਿਖਿਆ ਵੀ ਜੇ ਸੇਖ ਹੀ ਖਾਵੇ ਸੇਖ ਖਾਵੇ ਸੇਖ ਭੁੰਚੇ ਨਹੀਂ ਲਿਖਿਆ ਇਥੇ ਲਿਖਿਆ ਜੇ ਕੋ ਖਾਵੇ ਜੇ ਕੋ ਭੁੰਚੇ ਕੋਈ ਜਪ ਲਵੇ ਕੋਈ ਇਹਦੀ ਕਮਾਈ ਕਰ ਲਵੇ ਕੋਈ ਜਪਾ ਲਵੇ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹੀਂ ਜਾਈ ਤਾਂ ਸਤਿਗੁਰੂ ਕੀ ਕਹਿੰਦੇ ਨੇ ਨਿਤ ਨਿਤ ਰੱਖ ਉਰ ਧਰੋ ਹੁਣ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਕਰਕੇ ਸਮਾਪਤੀ ਕਰਾਂ ਦਸਵੇਂ ਪਾਤਸ਼ਾਹ ਨੂੰ ਪੁੱਛਿਆ ਤੁਸੀਂ ਕਾਦੇ ਵਾਸਤੇ ਦੁਨੀਆ ਚ ਆਏ ਕਿਦਾਂ ਦਾ ਸਵਾਲ ਕਰਦੇ ਨੇ ਲੋਕ ਸੋਚ ਸਮਝ ਤੋਂ ਪਰੇ ਆ ਵੀ ਤੁਸੀਂ ਕਾਦੇ ਵਾਸਤੇ ਆਏ ਹੋ ਸੰਸਾਰ ਚ ਹੋਰ ਮਹਾਂਪੁਰਸ਼ ਨਹੀਂ ਸੀ ਤੁਹਾਨੂੰ ਆਉਣ ਦੀ ਕੋਈ ਲੋੜ ਪਈ ਤਾਂ ਮਹਾਰਾਜ ਕੀ ਕਹਿੰਦੇ ਨੇ ਧਰਮ ਜਲਾਵਨ ਸੰਤ ਉਭਾਰਨ ਦੁਸ਼ਟ ਸਭਨ ਕੋ ਮੂਲ ਉਪਾਰ ਧਰਮ ਚਲਾਉਣ ਆਇਆ ਵਾ ਕੋਈ ਫਿਰਕਾ ਪ੍ਰਸਤੀ ਨਹੀਂ ਕੀਤੀ ਤੇ ਫਿਰ ਕੀ ਆਖਿਆ ਸੰਤੋ ਵਾਰਨ ਸੇਖੋ ਵਾਰਨ ਨਹੀਂ ਸੰਤ ਨਹੀਂ ਤੇ ਕਹਿ ਸਕਦੇ ਸਿੱਖਾਂ ਨੂੰ ਵਾਰਨ ਆਇਆ ਨਹੀਂ ਸੰਤ ਸੰਤ ਕੋਈ ਵੀ ਹੋ ਸਕਦਾ ਸੰਤ ਤੇ ਕਬੀਰ ਸਾਹਿਬ ਵੀ ਨੇ ਸੰਤ ਤੇ ਰਵਿਦਾਸ ਜੀ ਨੇ ਵੀ ਸੰਤ ਕਿਸੇ ਧਰਮ ਚ ਵੀ ਸੰਤਾਂ ਨੂੰ ਬਚਾਉਣ ਆਇਆ ਹੁਣ ਸੰਤ ਸ਼ਬਦ ਵੱਲ ਧਿਆਨ ਦੇਣਾ ਚਾਹੀਦਾ ਹੈ ਇਥੇ ਸਿੱਖ ਸ਼ਬਦ ਨਹੀਂ ਲਿਖਿਆ ਤੇ ਅੱਛਾ ਦੁਸ਼ਟ ਸਭਨ ਕੋ ਦੁਸ਼ਟਾਨ ਨੂੰ Hindu ਨਹੀਂ ਕਿਹਾ ਮੁਸਲਮਾਨ ਵੀ ਨਹੀਂ ਕਿਹਾ ਹਾਲਾਂਕਿ ਮਹਾਰਾਜ ਦੇ ਨਾਲ ਤਕਰੀਬਨ ਜਾਦੇ ਜੁੱਧ ਤੁਰਕਾਂ ਦੇ ਹੋਏ ਆ ਤੇ ਪਹਾੜੀ ਰਾਜਿਆਂ ਸਾਥ ਦਿੱਤਾ ਪਰ ਉਥੇ ਨਾ Hindu ਕਿਹਾ ਨਾ ਮੁਸਲਮਾਨ ਕਿਹਾ ਆਖਿਆ ਦੁਸ਼ਟ ਮਾੜੇ ਬੰਦੇ ਰੇਖ ਚ ਹੋ ਸਕਦੇ ਸਾਰਾ ਧਰਮ ਥੋੜੀ ਮਾੜਾ ਹੁੰਦਾ ਮਾੜੇ ਬੰਦੇ ਹੁੰਦੇ ਨੇ ਤਾਂ ਮਹਾਰਾਜ ਕੀ ਕਹਿੰਦੇ ਹਨ ਸਤਿਗੁਰੂ ਕਿਦਾਂ ਦੇ ਨੇ ਨਮੋ ਸਰਬਮਾਨੇ ਜਿੱਦਾਂ ਵਾਹਿਗੁਰੂ ਪਰਮੇਸ਼ਰ ਨੂੰ ਸਾਰੇ ਮੰਨਦੇ ਨੇ ਨਮਸਕਾਰ ਹੈ ਇੱਕੋ ਇੱਕ ਸਿੱਖ ਧਰਮ ਦੇ ਗੁਰੂ ਸਾਹਿਬ ਇਦਾਂ ਦੇ ਨੇ ਜਿਨ੍ਹਾਂ ਨੂੰ ਸਾਰੇ ਹੀ ਸਿਰ ਝਕਾਉਂਦੇ ਕਿਉਂ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ ਸਮਸਤੀ ਨਿਧਾਨੇ ਇਸ ਤੋਂ ਅੱਗੇ ਹੁਣ ਸਮਾਂ ਜਿਹੜਾ ਹੈ ਉਹ ਪੂਰਾ ਹੋ ਚੁੱਕਾ ਹੈ ਅੱਜ ਦੀ ਕਥਾ ਵਿਚਾਰ ਦਾ ਤਪਜੰਗ ਪ੍ਰਯਾਤ ਸ਼ਾਨ ਦੀ ਕਥਾ ਫਿਰ ਅਗਲੇ ਸ਼ਨੀਵਾਰ ਨਮੋ ਸਰਬਾਨੇ ਤੋਂ ਸ਼ੁਰੂ ਕਰਾਂਗੇ ਆਪ ਸਾਰੀਆਂ ਸੰਗਤਾਂ ਨੇ ਕਿਰਪਾ ਕਰਨ ਦੀ ਬਖਸ਼ਿਸ਼ ਕਰਨ ਦੀ ਭੁੱਲ ਚੁੱਕ ਦੀ ਖਿਮਾ ਜੀ ਲੇਖਾ ਕਤੇ ਨਾ ਛੂਟੀ ਹੈ ਖਿਨ ਖਿਨ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਅੱਗੇ ਵਾਸਤੇ ਕਿਰਪਾ ਕਰਿਓ ਪੂਰੇ ਚਾਰ ਤੋਂ ਪੰਜ ਕਥਾ ਜਿਹੜੀ ਹੈ ਉਹ ਇਸ ਸਥਾਨ ਤੇ ਬਾਬਾ ਜੀ ਬਾਬਾ ਜਵਾਰਦਾਸ ਜੀ ਬ੍ਰਹਮ ਗਿਆਨੀ ਤਤਵੇਤੇ ਜਿਨ੍ਹਾਂ ਦੀ ਸੇਵਾ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ ਤਿਨਾਂ ਦੇ ਹੁਕਮ ਦੇ ਵਿੱਚ ਪ੍ਰਬੰਧਕ ਸੱਜਣ ਨਿਵਾ ਰਹੇ ਨੇ ਸੋ ਹਰ ਸ਼ਨੀਵਾਰ ਮਹਾਪੁਰਸ਼ਾਂ ਦੇ ਪਵਿੱਤਰ ਦਰ ਤੇ ਇਹ ਸਤ ਸੰਗ ਦਾ ਸੁਭਾਗ ਪ੍ਰਾਪਤ ਹੁੰਦਾ ਹੈ ਆਓ ਕਥਾ ਵਿਚਾਰ ਦੀ ਸੁਆਦ ਦੀ ਕਰੀਏ ਨਮੋ ਸਰਬਮਾਨੇ ਸਮਸਤੀ ਨਿਧਾਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ